ਮੈਨੂੰ ਬਹੁਤ ਮੇਰੇ ਦੋਸਤਾਂ ਨੇ ਫੋਨ ਕੀਤੇ ਨੇ ਟ੍ਰੇਲਰ ਦੇਖਣ ਤੋਂ ਬਾਅਦ, ਜਿਹੜੇ ਮੁੰਡੇ ਐਨ ਘੈਂਟ ਜਿਨ੍ਹਾਂ ਨੂੰ ਆਪਾਂ ਮੰਨਦੇ ਹਾਂ ਨਾ, ਕਿ ਯਾਰ ਇਹ ਬੰਦੇ ਨੇ ਕਿੱਥੇ ਦਿਲ ਟੁੱਟਿਆ ਹੋਣਾ, ਜਿਵੇਂ ਗੁਰਜਿੰਦਰ ਵੀਰਾ ਕਹਿੰਦਾ ਸੀ ਕਿ 40 ਸਾਲ ਬਾਅਦ ਵੀ ਬੰਦੇ ਨੂੰ ਉਹ ਇਮੋਸ਼ਨ ਯਾਦ ਰਹਿੰਦਾ. ਮੇਰੇ ਬਹੁਤ ਵਧੀਆ ਦੋਸਤ ਜਿਹਨੇ ਜਿਹੜੇ ਬੜੇ ਹਸਮੁੱਖ ਸੁਭਾਅ ਦੇ ਦੋਸਤ, ਜਿਨ੍ਹਾਂ ਨੂੰ ਆਪਾਂ ਨੂੰ ਕਦੇ ਲੱਗਦਾ ਹੀ ਨਹੀਂ ਕਿ ਇਹ ਵੀ ਕਦੇ ਸੈਡ ਹੋਏ ਹੋਣਗੇ, ਉਹਨਾਂ ਨੇ ਹੀ ਫੋਨ ਕਰਿਆ ਕਿ ਯਾਰ ਪਰਮੇਸ਼ ਯਾਰ ਕੀ ਯਾਦ ਕਰਾਤਾ. ਸੋ ਆਈ ਫੀਲ ਕਿ ਇਹ ਜਿਹੜੇ ਪਿਆਰ, ਹਾਰਟ ਬ੍ਰੇਕ, ਇਹੋ ਜਿਹੇ ਇਮੋਸ਼ਨਸ ਨੇ ਜਿਹੜਾ ਬੰਦਾ ਨਾ ਆਪਣੇ ਤੱਕ ਹੀ ਰੱਖਦਾ. ਮੈਂ ਇਹ ਵੀ ਨਹੀਂ ਸੀ ਚਾਹੁੰਦਾ ਕਿ ਅਸੀਂ ਕੌਨਸ਼ੀਅਸਲੀ ਇਹ ਡਿਸੀਜਨ ਲਿਆ ਸੀ ਕਿ ਕਬੀਰ ਸਿੰਘ ਲੱਗੂਗੀ ਲੋਕਾਂ ਨੂੰ, ਕਿਉਂਕਿ ਇਹਦੇ ਵਿੱਚ ਵੀ ਸ਼ਰਾਬ ਹੈ ਅਤੇ ਐਲਕੋਹਲ ਹੈ. ਸੋ ਵੀ ਵਰ ਵੈਰੀ ਸਪੈਸੀਫਿਕ ਕਿ ਸ਼ਰਾਬ ਪੀਣ ਦੇ ਸੀਨ ਨਾ ਹੋਣ ਜ਼ਿਆਦਾ, ਹੈ ਨਾ. ਆਪਾਂ ਸਿਰਫ ਇਹ ਫਿਲਮ ਸ਼ਰਾਬ ਪੀਣ ਬਾਰੇ ਨਹੀਂ ਹੈ, ਇਹ ਉਸ ਨਾ ਹੀ ਇਹ ਫਿਲਮ ਭਾਰ ਵਧਾਉਣ ਦੀ ਜਾਂ ਘਟਾਉਣ ਦੀ ਫਿਲਮ ਹੈ, ਇਹ ਉਸ ਕਰੈਕਟਰ ਦੇ ਇਮੋਸ਼ਨ ਦੀ ਫਿਲਮ ਹੈ. ਪਰ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਕੋਈ ਤੁਸੀਂ ਪਰਫੋਰਮ ਕਰਦੇ ਹੋ ਤਾਂ ਸੇਮ ਟਾਈਮ 'ਤੇ ਕੋਈ ਇਮੋਸ਼ਨਲ ਮੈਮਰੀ ਹੁੰਦੀ ਹੈ ਜਿਹੜੀ, ਜਦੋਂ ਐਜ਼ ਐਨ ਐਕਟਰ ਅਸੀਂ ਕੋਈ ਇਮੋਸ਼ਨਲ ਸੀਨ ਕਰਦੇ ਹਾਂ ਤਾਂ ਕੋਈ ਇਮੋਸ਼ਨਲ ਮੈਮਰੀ ਹੁੰਦੀ ਹੈ ਜਿਹੜੀ ਅਸੀਂ ਯਾਦ ਕਰਦੇ ਹਾਂ, ਅਗਰ ਗਲੈਸਰੀਨ ਨਹੀਂ ਯੂਜ਼ ਕਰਨੀ ਤਾਂ ਉਦੋਂ ਬਹੁਤ ਸਾਰੀਆਂ ਚੀਜ਼ਾਂ ਮਿਕਸ ਹੋ ਜਾਂਦੀਆਂ ਨੇ. ਜਿਵੇਂ ਮੈਂ ਮੇਰੇ ਫਾਦਰ ਨੂੰ ਯਾਦ ਕਰਦੇ ਹੋਏ ਹਮੇਸ਼ਾ ਇੱਕ ਪੁਆਇੰਟ ਹੈਗਾ ਨਾ, ਤਾਂ ਉਹ ਦੋਸਤ ਉਹ ਸੀਨ ਹੈਗਾ ਇੱਕ, ਲਾਈਕ ਉਹ ਮੈਨੂੰ ਵੈਸੇ ਤਾਂ ਸਾਰੀ ਫਿਲਮ ਕਲੋਜ਼ ਆ, ਪਰ ਉਹ ਸੀਨ ਕਰਦੇ ਹੋਏ ਪਤਾ ਨਹੀਂ ਕਿੰਨੀ ਦੇਰ ਉਹ ਇਮੋਸ਼ਨਲੀ ਇੱਕ ਰਿਹਾ ਅਟੈਚਮੈਂਟ. ਔਰ ਵੈਸੇ ਵੀ ਜਦੋਂ ਪਰਮੀਸ਼ 'ਤੇ ਅਸੀਂ ਇਕੱਠੇ ਕੰਮ ਕਰਦੇ ਹਾਂ, ਚਾਹੇ ਰੌਕੀ ਚਾਹੇ ਹੁਣ ਰੌਕੀ 2 ਦੇ ਵਿੱਚ ਆ ਰਹੇ ਹਾਂ, ਤਾਂ ਇੱਕ ਇੱਕ ਬੌਂਡ ਹੈਗਾ ਇੱਕ, ਉਹ ਪਰਫੋਰਮ ਬਹੁਤ ਐਫਰਟਲੈਸ ਆ. ਮੈਨੂੰ ਇੰਝ ਲੱਗਦਾ ਕਿ ਅੱਜ ਦੇ ਟਾਈਮ ਦੇ ਵਿੱਚ ਅਗਰ ਮੁਹੱਬਤ ਨਹੀਂ ਮਿਲਦੀ ਤਾਂ ਬਹੁਤ ਖੂਬਸੂਰਤ ਹੈ. ਜਦੋਂ ਮਿਲ ਜਾਂਦੀ ਹੈ ਨਾ, ਫਿਰ ਚੀਜ਼ਾਂ ਵੰਡੀਆਂ ਜਾਂਦੀਆਂ, ਮੇਰਾ ਇਹ ਤੇਰਾ, ਤੂੰ ਐਂ ਕਿਉਂ ਕੀਤਾ, ਉਹ ਕਿਉਂ ਕੀਤਾ. ਜੇ ਮੈਂ ਕਿਸੇ ਨੂੰ ਪਿਆਰ ਕਰਦਾ ਅਤੇ ਮੈਂ ਉਹਨੂੰ ਦੱਸਿਆ ਨਹੀਂ, ਤੂੰ ਮੇਰਾ ਹੈ ਨਾ, ਤੱਲੇ ਦਾ ਹੱਕ ਹੈ, ਫਿਰ ਉਹ ਜਿੰਨਾ ਮਰਜ਼ੀ ਵਿਆਹ ਕਰਾਵੇ, ਜਿੱਥੇ ਮਰਜ਼ੀ ਜਾਵੇ, ਮੈਂ ਕੀ ਲੈਣਾ. ਇੱਕ ਗੱਲ ਮੇਰੀ ਮੰਨ ਲਓ, ਮੈਂ ਕਿਹਾ ਹਾਂਜੀ, ਕਹਿੰਦੇ ਟਾਈਟਲ ਆਪਾਂ ਤਬਾਹ ਰੱਖਣਾ, ਮੈਂ ਕਿਹਾ ਓਕੇ. ਤਾਂ ਜਦੋਂ ਅਸੀਂ ਸਾਰੀਆਂ ਗੱਲਾਂ ਇੱਕ ਦੂਜੇ ਦੀਆਂ ਮੰਨ ਕੇ, ਇਹ ਫਿਲਮ ਹੀ ਐਵੇਂ ਦੀ ਆ, ਤੁਹਾਨੂੰ ਪਹਿਲੀ ਵਾਰੀ ਐਂ ਫੀਲ ਹੋਊਗਾ ਵੀ ਇਹ ਪੈਸੇ ਕਮਾਉਣ ਲਈ ਜਾਂ ਕੁਛ ਉੱਦਾਂ ਦੀਆਂ ਚੀਜ਼ਾਂ ਕਰਨ ਲਈ ਫਿਲਮ ਨਹੀਂ ਬਣੀ. ਔਰ ਤੁਸੀਂ ਬਿਲੀਵ ਕਰਿਓ, ਜਦੋਂ ਫਿਲਮ ਸਟਾਰਟ ਹੋਈ, ਮੈਨੂੰ ਲੱਗਦਾ ਹੁਣ ਤੱਕ ਵੀ ਨਹੀਂ ਪਤਾ ਪਰਮੀਸ਼ ਬਾਈ ਨੂੰ ਵੀ ਅਸੀਂ ਕੀ ਫੀਸ ਤੈਅ ਕੀਤੀ. ਅਤੇ ਮੈਂ ਦੱਸਿਆ, ਮੈਂ ਕਿਹਾ ਯਾਰ ਯਾਦ ਆ ਤੁਹਾਨੂੰ ਵੀ ਮੈਂ ਰੌਕੀ ਮੈਂਟਲ 'ਚ ਵੀ ਸੀ? ਕਹਿੰਦੇ ਯਾਰ ਤੂੰ ਕਿੱਥੇ ਸੀ? ਫਿਰ ਮੈਂ ਕਿਹਾ ਧਿਆਨ ਦਿਓ ਫਿਰ ਚੇਤਾ, ਕਿਤੋਂ ਅੱਛਾ ਯਾਰ ਜੱਫੀ ਪਾ ਵੀ ਪਿੱਛੇ ਜੀ ਖੜਾ ਸੀ ਤੂੰ ਜਦ ਤੂੰ ਕਹਿਣਾ ਮਨਾ ਕਰਿਆ. ਇੰਨਾ ਡਾਇਲੋਗ ਸੀ ਇਹਦਾ? ਡਾਇਲੋਗ ਸੀ ਮਨਾ ਕਰਿਆ, ਇਹਦਾ ਆਡੀਸ਼ਨ ਹੋਇਆ ਸੀ. ਇਮੋਸ਼ਨ ਹੋਵੇ ਤਾਂ ਜੇ ਤੁਸੀਂ ਉਹਨੂੰ ਗਾਣੇ ਨੂੰ ਦੇਖੋਗੇ ਨਾ, ਤੁਸੀਂ ਹੁਣ ਵੀ ਜੇ ਹੈੱਡਫੋਨਸ ਲਾ ਕੇ ਗਾਣੇ ਨੂੰ ਸੁਣੋਗੇ, ਸਪੈਸ਼ਲੀ ਜਦੋਂ ਫਿਲਮ ਚੱਲਦੀ ਹੈ ਤਾਂ ਉਹ ਗਾਣੇ ਵਿੱਚ ਬ੍ਰੇਕਸ ਨੇ, ਸੀਨਸ ਨੇ, ਤਾਂ ਜਦੋਂ ਤਬਾਹ ਫਿਲਮ ਦੇ ਵਿੱਚ ਚੱਲਦਾ, ਉਹ ਐਂ ਲੱਗੂ ਕਿ ਕੋਈ ਤੁਹਾਡੇ ਕੋਲ ਬੈਠਾ ਤੁਹਾਨੂੰ ਗਾਣਾ ਸੁਣਾ ਰਿਹਾ. ਹੋਈ ਇਸ਼ਕੇ ਚ ਬੈਰੀ ਸਾਡੀ ਗੂੰਗੀ ਮੁਹੱਬਤ, ਬਿਆਨ ਕਿਵੇਂ ਕਰੀਏ ਡੂੰਗੀ ਮੁਹੱਬਤ, ਲਬਾਂ ਦੇ ਓਲੇ ਤੁਸੀਂ ਲਫ਼ਜ਼ ਲਖੋਲੇ, ਪਿਆਰ ਕਰਨ ਦਾ ਵੱਲ ਤੇ ਮੈਨੂੰ ਆਇਆ ਨਹੀਂ, ਕਿੰਜ ਕਹਾਂ ਕੇ ਸੁਪਨੇ ਕੋਈ ਤੋੜ ਗਿਆ, ਸੁਪਨਾ ਤੇ ਮੈਂ ਆਪੇ ਕੋਈ ਸਜਾਇਆ ਨਹੀਂ. ਕੋ ਕਰੈਕਟਰ ਜਿਹੜਾ ਅੰਬਰ ਤੇ ਇੰਦਰ ਤੇ ਜੱਗੀ ਦਾ ਜਿਹੜਾ ਰਿਲੇਸ਼ਨ ਆ, ਕਈ ਵਾਰੀ ਹੁੰਦਾ ਨਾ ਕਿ ਸਾਡੇ ਬਹੁਤ ਸਾਰੇ ਯਾਰ ਦੋਸਤ ਜਦੋਂ ਕਾਲਜ ਦੀ ਰੋਡ ਤੋਂ ਬਾਹਰ ਨਿਕਲਦੇ ਨੇ ਤੇ ਬਹੁਤ ਅੱਗੇ ਨਿਕਲ ਜਾਂਦੇ ਆ, ਤਾਂ ਮੈਨੂੰ ਲੱਗਦਾ ਹੁੰਦਾ ਕਿ ਬਹੁਤ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਪਿੱਛੇ ਛੱਡ ਆਉਂਦੇ ਹਾਂ, ਪਰ ਇਹ ਜਿਹੜੇ ਦੋਸਤ ਹੈਗੇ ਆ ਉਹ ਜਦੋਂ ਅੱਗੇ ਨਿਕਲਦੇ ਆ ਤਾਂ ਅੰਬਰ ਕਿਤੇ ਪਿੱਛੇ ਰਹਿ ਜਾਂਦਾ, ਅਤੇ ਜਦੋਂ ਅੰਬਰ ਵਾਪਸ ਆਉਂਦਾ ਤਾਂ ਉਹ ਓਨੀ ਮੁਹੱਬਤ ਅੱਜ ਵੀ ਕਰਦੇ ਆ, ਉਹਨੂੰ ਸੰਭਾਲਦੇ ਆ ਮਾਂ ਪਿਓ ਦੀ ਤਰ੍ਹਾਂ, ਤਾਂ ਕਿਸੇ ਟਾਈਮ ਅੰਬਰ ਉਹਨਾਂ ਨੂੰ ਸੰਭਾਲਦਾ ਇੱਕ ਮਾਂ ਪਿਓ ਦੀ ਤਰ੍ਹਾਂ, ਤਾਂ ਉਹ ਸਾਰੀ ਕਹਾਣੀ ਆ. ਔਰ ਰੌਕੀ ਮੈਂਟਲ ਤੋਂ ਹੀ ਸਾਡੇ ਪਰਮੀਸ਼ ਅਤੇ ਮੈਂ ਅਸੀਂ ਰੀਅਲ ਲਾਈਫ 'ਚ ਬਹੁਤ ਬਿਹਤਰੀਨ ਦੋਸਤ ਹਾਂ. ਅਤੇ ਜਦੋਂ ਇਹ ਫਿਲਮ ਦਾ ਪ੍ਰੋਸੈਸ ਸ਼ੁਰੂ ਹੋਇਆ ਸੀ ਤਾਂ ਪਰਮੀਸ਼ ਨੇ ਮੈਨੂੰ ਬੁਲਾਇਆ, ਕਹਿੰਦਾ ਯਾਰ ਇੱਦਾਂ ਇੱਦਾਂ ਆਪਾਂ ਫਿਲਮ ਪਲੈਨ ਕਰ ਰਹੇ ਹਾਂ, ਤੂੰ ਵਾਰਨਿੰਗ ਕਰ ਲਈ ਜਾਂ ਮੇਨ ਸਟ੍ਰੀਮ 'ਚ ਆ ਗਿਆ, ਅਤੇ ਹਿਚਕਚਾਹਟ ਸੀ ਇਹਨੂੰ. ਤਾਂ ਮੈਂ ਕਿਹਾ ਕਿ ਯਾਰ ਇੰਨਾ ਕਿਆ, ਜੇ ਮੈਂ ਲੇਟ ਆਇਆ ਤਾਂ ਮੈਂ ਕਿਹਾ ਯਾਰ ਤੂੰ ਇੰਨਾ ਕੁ ਸੋਚੀ ਜਾਂਦਾ ਵੀ ਆਪਾਂ ਕਰਦੇ ਹਾਂ ਸ਼ੁਰੂ. ਅਤੇ ਫਿਰ ਜੱਗੀ ਸਾਡੇ ਨਾਲ ਜੁੜਿਆ ਅਤੇ ਫਿਰ ਉਹ ਤੁਹਾਡੇ ਸਾਹਮਣੇ ਆ ਤਬਾਹ ਦੇ ਰੂਪ 'ਚ. ਵੀਰੇ ਮੈਨੂੰ ਲੱਗਦਾ ਕਿ ਜਿਹੜੀ ਗੋਰਿਆਂ ਦੀ ਕਹਾਵਤ ਹੈ, ਕਹਿੰਦੇ ਐਡਵਰਸਿਟੀ ਬ੍ਰਿੰਗਸ ਆਊਟ ਯੋਰ ਟਰੂ ਕਰੈਕਟਰ, ਕਿ ਉਹ ਧੱਕਾ ਵੱਜਦਾ ਜਾਂ ਤੁਹਾਡੇ ਨਾਲ ਲਾਈਫ ਕੁਛ ਅਨਫੇਅਰ ਕਰਦੀ ਹੈ ਤਾਂ ਤੁਹਾਡੇ ਜਿਹੜਾ ਟਰੂ ਕਰੈਕਟਰ ਉਹ ਬਾਹਰ ਆ ਜਾਂਦਾ. ਅਤੇ ਮੈਨੂੰ ਲੱਗਦਾ ਧੱਕਾ ਲੱਗਣਾ ਬਹੁਤ ਜ਼ਰੂਰੀ ਹੁੰਦਾ,
ਜੇ ਮੇਰੀ ਲਾਈਫ ਵਿੱਚ ਮੇਰੇ ਨਾਲ ਜੋ ਵੀ ਗਲਤ ਹੋਇਆ ਜੋ ਨਾ ਹੋਇਆ ਹੁੰਦਾ ਸ਼ਾਇਦ ਮੈਂ ਅੱਜ ਇੱਥੇ ਨਾ ਪਹੁੰਚਿਆ ਹੁੰਦਾ, ਕਿਉਂਕਿ ਉਹ ਚੀਜ਼ਾਂ ਨੂੰ ਸਰ ਕਰਕੇ ਤੁਸੀਂ ਅੱਗੇ ਨਿਕਲਦੇ ਹੋ। ਪਰ ਜਿਵੇਂ ਤੁਸੀਂ ਕਿਹਾ ਨਾ ਫਿਲਮ ਦਾ ਹੀਰੋ, ਮੈਨੂੰ ਇਹ ਲੱਗਦਾ ਕਿ ਆ ਹੀਰੋ ਦੀ ਕਹਾਣੀ ਨਹੀਂ ਹੈ। ਜਨਰਲੀ ਹਰ ਫਿਲਮ ਦਾ ਨਾ ਆਪਾਂ ਜਿਹੜਾ ਹੀਰੋ ਹੁੰਦਾ ਉਹ ਹੁੰਦਾ ਜਿਹੜਾ ਜਿੱਤਿਆ ਹੁੰਦਾ ਜ਼ਿੰਦਗੀ। ਇਹ ਫਿਲਮ ਉਹ ਲੋਕਾਂ ਦੀ ਫਿਲਮ ਹੈ ਜਿਹੜੀ ਜ਼ਿੰਦਗੀ 'ਚ ਹਾਰ ਜਾਂਦੇ ਨੇ। ਸੋ ਮੈਨੂੰ ਲੱਗਦਾ ਵਿਨਰ ਨਹੀਂ ਹੈ ਲਾਈਫ ਦੇ ਵਿੱਚ ਇਹ ਬੰਦਾ, ਕਿਉਂਕਿ ਜੇ ਮੰਨ ਲਓ ਕਲਾਸ 40 ਬੰਦੇ ਨੇ, 50 ਬੰਦੇ ਨੇ, ਉਹਦੇ ਵਿੱਚੋਂ ਜਿਹੜੇ 10 ਘੈਂਟ ਨੇ ਉਹ ਹਮੇਸ਼ਾ ਹੀਰੋ ਹੁੰਦੇ ਨੇ, ਜਿਹੜੇ 10 ਵਿਚਾਰੇ ਪਿੱਛੇ ਰਹਿ ਜਾਂਦੇ ਨੇ ਉਹਨਾਂ ਦੀ ਕੋਈ ਮੇਨ ਨਹੀਂ ਕਹਾਣੀ ਉਹਨਾਂ ਬਾਰੇ ਕਦੇ ਬਣਦੀ। ਸੋ ਆਈ ਫੀਲ ਇਹ ਕਹਾਣੀ, ਵੈਸੇ ਗੁਰਜਿੰਦਰ ਵੀਰੇ ਦਾ ਬੈਟਰ ਆਂਸਰ ਦੇ ਸਕੂਗਾ, ਪਰ ਮੈਨੂੰ ਲੱਗਦਾ ਅੰਬਰ ਇੱਕ ਫਾਈਟ ਸੀਗੀ ਲਾਈਫ ਦੀ ਜਿਹਦੇ ਵਿੱਚ ਉਹ ਆਪਣੇ ਇਮੋਸ਼ਨਸ ਦੇ ਨਾਲ ਹੀ ਰਹਿ ਗਿਆ ਬਸ। ਉਦੋਂ ਬਾਅਦ ਨਾ ਉਹਨੂੰ ਇਹ ਰਾਹ ਹੀ ਨਹੀਂ ਪਿਆ ਕਿ ਮੈਂ ਚੀਜ਼ਾਂ ਨੂੰ ਜਿੱਤਣਾ। ਡਾਇਰੈਕਟਰ ਦਾ ਅਤੇ ਰਾਈਟਰ ਦਾ ਨਾ ਇੱਕ ਆਪਣਾ ਆਪਣਾ ਪੱਖ ਹੁੰਦਾ, ਅਤੇ ਜਦੋਂ ਉਹ ਪੱਖ ਇੱਕ ਹੋ ਜਾਏ ਤਾਂ ਫਿਲਮ ਬਹੁਤ ਵਧੀਆ ਬਣਦੀ ਹੈ। ਪਰ ਜੇ ਮੈਂ ਆਪਣਾ ਪ੍ਰੋਸਪੈਕਟ ਦੱਸਾਂ, ਆਪਣਾ ਪੱਖ ਦੱਸਾਂ, ਤਾਂ ਮੈਂ ਕਹਾਣੀ ਇੱਕ ਖਿਆਲ 'ਤੇ ਲਿਖੀ ਹੈ। ਉਹ ਖਿਆਲ ਜਿਹੜਾ ਇੱਕ ਬੰਦਾ ਆਪਣੇ ਅੰਦਰ ਜਨਮ ਦਿੰਦਾ, ਉਹਨੂੰ ਪਾਲਦਾ, ਵੱਡਾ ਕਰਦਾ ਅਤੇ ਆਪਣੇ ਅੰਦਰ ਹੀ ਉਹਨੂੰ ਮਾਰ ਲੈਂਦਾ, ਬਾਹਰ ਨਹੀਂ ਕਿਸੇ ਨੂੰ ਪਤਾ ਲੱਗਦਾ। ਤੋ ਕਹਾਣੀ ਇੱਕ ਇਹ ਵੀ ਸਿੱਖਿਆ ਦਿੰਦੀ ਹੈ ਵੀ ਜੇ ਤੁਸੀਂ ਕਿਸੇ ਨੂੰ ਕੁਛ ਕਹਿਣਾ ਚਾਹੁੰਦੇ ਹੋ ਤਾਂ ਕਹਿ ਦਿਉ, ਉਹਨੂੰ ਅੰਦਰ ਨਾ ਰੱਖੋ। ਅਤੇ ਉਸ ਖਿਆਲ 'ਤੇ ਇਹ ਪੂਰੀ ਕਹਾਣੀ ਹੈ। ਹੁਣ ਉਹ ਖਿਆਲ ਨੂੰ ਆਪਾਂ ਇੱਕ ਅੰਬਰ ਦੇ ਰੂਪ 'ਚ ਬਾਹਰ ਲੈ ਕੇ ਆਏ ਹਾਂ, ਕਿਉਂਕਿ ਉਹ ਖਿਆਲ ਤਾਂ ਦੇਖ ਨਹੀਂ ਸਕਦਾ ਨਾ, ਅਤੇ ਇਸ ਕਰਕੇ ਉਸ ਪਾਤਰ ਨੂੰ ਬਾਹਰ ਲੈ ਕੇ ਆਏ ਹਾਂ ਵੀ ਕਿਵੇਂ ਉਹਨੇ ਇੱਕ ਖਿਆਲ ਲਿਆ ਕਿਸੇ ਨੂੰ ਪਿਆਰ ਕਰਨ ਦਾ, ਅਤੇ ਉਹਨੇ ਆਪਣੇ ਅੰਦਰ ਹੀ ਰੱਖਿਆ, ਉਹ ਅੰਦਰ ਹੀ ਵੱਡਾ ਕੀਤਾ, ਉਹਨੂੰ ਦੱਸਿਆ ਨਹੀਂ ਕਿਸੇ ਨੂੰ ਅਤੇ ਅੰਦਰ ਹੀ ਮਰ ਗਿਆ ਉਹਦੇ। ਸੋ ਮੈਂ ਉਹ ਖਿਆਲ ਇੱਦਾਂ ਦਾ ਕੋਈ ਮੇਰੇ ਅੰਦਰ ਵੀ ਸੀ ਜਿਸ 'ਤੇ ਮੈਂ ਉਹ ਪੂਰੀ ਕਹਾਣੀ ਲਿਖੀ। ਨਹੀਂ ਮੈਨੂੰ ਲੱਗਦਾ ਇਹ ਫਿਲਮ ਨਾ ਅਨਸੈਡ ਦੀ ਕਹਾਣੀ ਹੈ, ਮਤਲਬ ਕਈ ਵਾਰੀ ਨਾ ਹਰ ਚੀਜ਼ ਬੋਲ ਕੇ ਨਹੀਂ ਕਹੀ ਜਾਂਦੀ। ਹਾਂਜੀ, ਮਤਲਬ ਹਰ ਇੱਕ ਦੇ ਅੰਦਰ ਇੱਕ ਖਿਆਲ ਹੁੰਦਾ ਹੈ। ਮੈਨੂੰ ਲੱਗਦਾ ਜਿਹੜੇ ਲੋਕ ਪਿਆਰ ਕਰਦੇ ਆ ਬਹੁਤੇ ਇੱਦਾਂ ਦੇ ਵੀ ਹੁੰਦੇ ਆ ਜਿਹੜੇ ਆਪਣੇ ਅੰਦਰ ਹੀ ਰੱਖਦੇ ਆ, 40 ਸਾਲ ਬਾਅਦ ਵੀ ਉਹਨਾਂ ਦੇ ਅੰਦਰ ਹੀ ਰਹਿ ਜਾਂਦਾ ਹੈ, ਕੋਈ ਨਹੀਂ ਮਾਈਕ ਤੋਂ ਬਿਨਾਂ ਵੀ ਪਿਆਰ ਕਰਦੇ ਨੇ। 40 ਸਾਲ ਬਾਅਦ ਵੀ ਜਦੋਂ ਚਿੱਟੇ ਵਾਲਾਂ 'ਚ ਮਿਲਦੀ ਹੈ ਉਹਨਾਂ ਦਾ ਵੀ ਆਹ ਇਹ ਸੀ। ਇਹ ਗੱਲ ਡੂੰਘੀ ਹੈ ਮੈਨੂੰ ਲੱਗਦਾ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਵੀਰੇ। ਇਹ ਪਿਛਲਾ ਸਵਾਲ ਵੀ ਤੂੰ ਨਹੀਂ ਸੀ ਪੁੱਛਿਆ? ਨਹੀਂ ਨਹੀਂ ਮੈਂ ਹੁਣ ਪੁੱਛਿਆ। ਠੀਕ ਠੀਕ ਹੋਰ ਕਿੱਦਾਂ? ਠੀਕ ਠਾਕ ਵੀਰੇ। ਹਾਂਜੀ ਵੀਰੇ, ਆਪਾਂ ਨਾ ਇੰਟਰਵਿਊ ਕੀਤੀ ਸੀਗੀ ਨਾ, ਬੜੀ ਮੈਨੂੰ ਖੁਸ਼ੀ ਹੋਈ। ਇੰਟਰਵਿਊ ਦੇ ਨੀਚੇ ਨਾ ਇੰਦਰ ਬਾਈ ਦਾ ਕਮੈਂਟ ਆਇਆ, ਕਹਿੰਦੇ ਵੀ ਲਵ ਯੂ ਬ੍ਰਦਰ। ਅੱਛਾ, ਥੈਂਕ ਯੂ। ਸੋ ਮੈਂ ਇੰਦਰ ਬਾਈ ਬਾਰੇ ਜਾਣਨਾ ਜ਼ਰੂਰ ਚਾਹੂੰਗਾ। ਹਾਂਜੀ, ਕਿ ਉਹਨਾਂ ਨਾਲ ਯਾਰੀ ਦੋਸਤੀ ਤੁਹਾਡੀ? ਇੰਦਰ ਵੀਰੇ ਇੱਕ ਤਾਂ ਇੰਦਰ, ਇੱਕ ਮੇਰਾ ਇੰਦਰ ਦੋਸਤ ਹੈ ਆਸਟ੍ਰੇਲੀਆ। ਇੰਦਰ ਮੇਰਾ ਦੋਸਤ ਬਣਿਆ ਸੀਗਾ 2007-08 ਦੀ ਗੱਲ ਹੈ, ਜਦੋਂ ਮੈਂ ਨਵਾਂ ਨਵਾਂ ਉੱਥੇ ਗਿਆ ਸੀ ਅਤੇ ਉਹ ਭੰਗੜਾ ਪਾਉਂਦਾ ਸੀ, ਉੱਥੇ ਇੱਕ ਗਰੁੱਪ ਸੀ ਭੰਗੜੇ ਦਾ, ਅਤੇ ਉਦੋਂ ਅਸੀਂ ਮਿਲੇ ਸੀ, ਸਟੂਡੈਂਟ ਸੀ ਅਸੀਂ ਇਕੱਠੇ, ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਮੇਰਾ ਉਹਦੇ ਨਾਲ ਉਵੇਂ ਹੀ ਪਿਆਰ ਹੈ, ਉਵੇਂ ਹੀ ਮੇਰੇ ਨਾਲ ਦੋਸਤੀ ਹੈ ਉਹਦੀ। ਅਤੇ ਜਦੋਂ ਮੈਂ ਉੱਥੇ ਆਸਟ੍ਰੇਲੀਆ ਜਾਂਦਾ ਇੰਦਰ ਕੋਲ, ਅਤੇ ਉਹ ਬਹੁਤ ਪਿਆਰ ਕਰਦਾ, ਬਹੁਤ ਧਿਆਨ ਰੱਖਦਾ। ਹੁਣ ਵੀ ਮਤਲਬ ਉਹ ਕਈ ਦੋਸਤ ਹੁੰਦੇ ਨੇ ਜਿਹਨਾਂ ਤੋਂ ਦੱਸਣ ਦੀ ਲੋੜ ਨਹੀਂ ਹੁੰਦੀ, ਕਿ ਉਹ ਮੈਸੇਜ ਕਰੂਗਾ ਜੇ ਮੈਂ ਰਿਪਲਾਈ ਨਹੀਂ ਕਰੂੰਗਾ ਉਹ ਸਮਝ ਜੂਗਾ ਬਿਜ਼ੀ ਆ। ਸੋ ਇਹੋ ਜਿਹੀ ਦੋਸਤੀ ਆ ਕੁਦਰਤੀ। ਜਦੋਂ ਧੀਰਜ ਦੇ ਕਰੈਕਟਰ ਦਾ ਵੀ ਨਾਮ ਅੰਦਰ ਸੀ ਇੰਦਰ ਸੀਗਾ, ਤਾਂ ਉਹ ਕੁਦਰਤੀ ਚੀਜ਼ਾਂ ਜੁੜ ਜਾਂਦੀਆਂ ਨੇ, ਕਿ ਜਿਵੇਂ ਫਿਲਮ ਦੇ ਵਿੱਚ ਇੰਦਰ ਅੰਬਰ ਦੀ ਟੇਕ ਕੇਅਰ ਕਰਦਾ, ਉਹਦੇ ਲਈ ਵਰਿਡ ਆ, ਉਵੇਂ ਹੀ ਮੇਰਾ ਦੋਸਤ ਇੰਦਰ ਮੇਰੇ ਲਈ ਵਰਿਡ ਹੁੰਦਾ। ਸੋ ਬੜੀ ਮਤਲਬ ਮੈਜੀਕਲ ਜੀ ਗੱਲ ਹੋ ਗਈ ਇਹ। ਰੋ ਪਿਆ ਉਹਦਾ ਮੈਸੇਜ ਹੈ, ਤੈਨੂੰ ਵੀ ਆਇਆ ਸੀ ਮੈਸੇਜ, ਮੈਨੂੰ ਬੜਾ ਉਦਾਸ ਉਹਨੇ ਮੈਸੇਜ ਕੀਤਾ ਸੀ। ਮੈਨੂੰ ਬਹੁਤ ਮੇਰੇ ਦੋਸਤਾਂ ਨੇ ਫੋਨ ਕੀਤੇ ਨੇ ਟ੍ਰੇਲਰ ਦੇਖਣ ਤੋਂ ਬਾਅਦ, ਜਿਹੜੇ ਮੁੰਡੇ ਐਨ ਘੈਂਟ ਜਿਹਨਾਂ ਨੂੰ ਆਪਾਂ ਮੰਨਦੇ ਹਾਂ ਨਾ, ਕਿ ਯਾਰ ਇਹ ਬੰਦੇ ਨੇ ਕਿੱਥੇ ਦਿਲ ਟੁੱਟਿਆ ਹੋਣਾ, ਜਿਵੇਂ ਗੁਰਜਿੰਦਰ ਵੀਰਾ ਕਹਿੰਦਾ ਸੀ ਕਿ 40 ਸਾਲ ਬਾਅਦ ਵੀ ਬੰਦੇ ਨੂੰ ਉਹ ਇਮੋਸ਼ਨ ਯਾਦ ਰਹਿੰਦਾ। ਮੇਰੇ ਬਹੁਤ ਵਧੀਆ ਦੋਸਤ ਜਿਹੜੇ ਬੜੇ ਹਸਮੁੱਖ ਸੁਭਾਅ ਦੇ ਦੋਸਤ, ਜਿਹਨਾਂ ਨੂੰ ਆਪਾਂ ਨੂੰ ਕਦੇ ਲੱਗਦਾ ਹੀ ਨਹੀਂ ਕਿ ਇਹ ਵੀ ਕਦੇ ਸੈਡ ਹੋਏ ਹੋਣਗੇ, ਉਹਨਾਂ ਨੇ ਹੀ ਫੋਨ ਕਰੇਗਾ ਕਿ ਯਾਰ ਪਰਮੀਸ਼ ਯਾਰ ਕੀ ਯਾਦ ਕਰਾਤਾ। ਸੋ ਆਈ ਫੀਲ ਕਿ ਇਹ ਜਿਹੜੇ ਪਿਆਰ, ਹਾਰਟ ਬ੍ਰੇਕ, ਇਹੋ ਜਿਹੇ ਇਮੋਸ਼ਨਸ ਨੇ ਜਿਹੜਾ ਬੰਦਾ ਨਾ ਆਪਣੇ ਤੱਕ ਹੀ ਰੱਖਦਾ ਹੈ ਨਾ। ਜਿਵੇਂ ਵੀਰਾ ਕਹਿ ਰਿਹਾ ਸੀ ਉਹਨੇ ਖਿਆਲ ਆਪਣੇ ਅੰਦਰ ਲਿਆ, ਹੁਣ ਉਹਦੇ ਅੰਦਰ ਪਿਆਰ ਦਾ ਖਿਆਲ ਸੀ ਉਹ ਵੀ ਉਹਨੇ ਆਪਣੇ ਤੱਕ ਰੱਖ ਲਿਆ, ਉਹਨੇ ਸੌਰੋ ਵੀ ਨਹੀਂ ਸ਼ੇਅਰ ਕੀਤਾ ਇੰਦਰ ਨਾਲ, ਆਪਣਾ ਦੁੱਖ ਵੀ ਨਹੀਂ ਸ਼ੇਅਰ ਕਰ ਸਕਿਆ। ਸੋ ਬੜੀ ਅਨਸੈਡ ਦੀ ਫਿਲਮ ਹੈ। ਆਈ ਰੀਲੀ ਹੋਪ ਯੂ ਗੈਸ ਗੋ ਵਾਚ ਇਟ ਮੈਨ, ਲਾਈਕ ਬਹੁਤ ਸੋਹਣੀ ਫਿਲਮ ਬਣ ਗਈ 2 ਦਿਨ ਪਹਿਲਾਂ ਜਦੋਂ ਅਸੀਂ ਫਾਈਨਲ ਦੇਖੀ, ਲਾਈਕ ਵੀ ਲਵ ਦ ਫਿਲਮ, ਆਈ ਐਮ ਰੀਲੀ ਲੁਕਿੰਗ ਫੋਰਵਰਡ ਟੂ ਦ ਰਿਲੀਜ਼। ਮੈਂ ਉਮੀਦ ਕਰਦਾ ਤੁਸੀਂ ਸਾਰੇ ਫਿਲਮ ਦੇਖਿਓ, ਆਪਣੀ ਫੀਡਬੈਕ ਜ਼ਰੂਰ ਦਿਓ,
क्योंकि तुहानू लगूगा कि कोई चीज़ां च कमियां रह गईयां, असीं अगली वारी होर मेहनत करके आवांगे, बट वी टेक फुल ओनरशिप ऑफ दिस फिल्म, वी टेक फुल ओनरशिप ऑफ आर डिसीजंस। आप मेरे वाला ले लो। नहीं नहीं कोई गल नहीं, हुण ठीक। हाँ जी, मतलब वो करैक्टर दा थोड़े ते प्रभाव किन्ना टाइम रहा भाई? जदों वीरे भार वध जांदा ना थोड़ा, तां तुहाडी तौर भी चेंज हो जांदी है, थोड़े खड़न दा स्टाइल भी चेंज हो जांदा। फिर जदों तुसीं, मैं ये भी नहीं सी चाहुंदा कि असीं कॉन्शियसली डिसीजन लिया सी कि कबीर सिंह लगूगी लोगों को, क्योंकि इहदे विच भी शराब है ते अल्कोहल है। सो वी वर वेरी स्पैसीफिक कि शराब पीण दे सीन ना होण ज़्यादा, है ना। आपां सिर्फ ये फिल्म शराब पीण बारे नहीं है, ये उस ना ही ये फिल्म भार वधाउण दी या घटाउण दी फिल्म है, ये उस करैक्टर दे इमोशन दी फिल्म है, ये उहदे आले दुआले की चल रहा उहदी इमोशन है। सो वी वर वेरी प्रसाइज उह चीज़ां नूं लैके। तां जदों वेट वधाया सी, हुण उह शराबी सी बंदा, तां असीं टिपिकल शराबियां वाली एक्टिंग नहीं सी करनी चाहुंदे, तां उह शराब भी पींदा आपदी कॉन्शियस स्टेट विचों निकलण दे लई, कि उहदा दिमाग रैशनली ना चले, उह चीज़ नूं वारी वारी दिमाग च रिपीट ना करे, ਤਾਂ ਉਹ ਜਿਹੜਾ ਉਹਦਾ ਵੇਟ ਵਧਣਾ, ਉਹਦੀ ਕੇਅਰਲੈਸਨੈਸ ਹੈ, ਉਹਦਾ ਨਾ ਨਹਾਉਣਾ, ਉਹਦੇ ਵਾਲ ਖਿਲਰੇ ਰਹਿਣੇ, ਉਹਦੀ ਇੱਕ ਤੁਸੀਂ ਜੇ ਟੇਲਰ 'ਚ ਦੇਖਿਆ ਹੋਊ, ਇੱਕ ਪੈਰ 'ਚ ਉਹਨੇ ਜਰਾਬ ਪਾਈ ਹੈ, ਇੱਕ 'ਚ ਨਹੀਂ ਪਾਈ, ਉਹ 3 ਦਿਨ ਐਂ ਚੱਲਦਾ ਰਹਿੰਦਾ ਸੀਨ, ਉਹ 3 ਦਿਨ ਤੱਕ ਉਹਦੀ ਜਰਾਬ ਨਹੀਂ ਹਿੱਲਦੀ, ਤਾਂ ਉਹ ਜਿਹੜੀ ਉਹਦੀ ਉਹਦੀ ਲਾਈਫ ਨੂੰ ਲੈ ਕੇ ਉਹ ਕੇਅਰਲੈਸ ਹੋ ਚੁੱਕਾ, ਉਹ ਚੀਜ਼ ਵੇਟ ਦੇ ਨਾਲ ਆਉਂਦੀ ਸੀਗੀ। ਤਾਂ ਉਹ ਕੇਅਰਲੈਸਨੈਸ ਡਾਇਟ ਵਿੱਚ ਵੀ ਫਿਰ ਜਾਂਦੇ ਜਾਂਦੇ 2-3 ਮਹੀਨੇ ਲੱਗੇ, ਪਰ ਮੈਨੂੰ ਲੱਗਦਾ ਜਿਵੇਂ ਜਿਵੇਂ ਮੈਂ ਵੇਟ ਡ੍ਰੌਪ ਕਰਦਾ ਗਿਆ, ਉਵੇਂ ਉਵੇਂ ਉਹ ਕਰੈਕਟਰ 'ਚੋਂ ਨਿਕਲਦੇ ਗਏ ਸੀ। ਤੇਰੇ ਵੀਰੇ ਜਦੋਂ ਕਰੈਕਟਰ ਕੀਤਾ, ਯਾਰੀ ਦੋਸਤੀ ਦੀ ਗੱਲ ਕੀਤੀ ਗਈ ਹੈ, ਅਤੇ ਇਮੋਸ਼ਨ ਤਾਂ ਹੋਣੇ ਚਾਹੀਦੇ ਆ ਨਾ, ਹੋਣਗੇ ਵੀ। ਅਸਲ ਦੇ ਵਿੱਚ ਇੱਦਾਂ ਹੋਇਆ ਕਿ ਸੀਨ ਚੱਲ ਰਿਹਾ, ਤੁਸੀਂ ਰੋਣ ਦਾ ਵੀ ਸੀਨ ਹੈ ਨਾ, ਅਤੇ ਹਕੀਕਤ ਦੇ ਵਿੱਚ ਇਮੋਸ਼ਨਲ ਹੋ ਗਏ ਹੋ? ਬਹੁਤ ਇਹਦੇ 'ਚ ਸੀਨ ਹੈਗੇ ਆ, ਇੱਕ ਸੀਨ ਵੀ ਹੈ, ਮੈਨੂੰ ਲੱਗਦਾ ਜਦੋਂ ਤੁਸੀਂ ਫਿਲਮ ਦੇਖੋਗੇ ਤਾਂ ਉਹ ਸੀਨ ਤੁਹਾਨੂੰ ਫੀਲ ਵੀ ਹੋਊਗਾ। ਉਹ ਸੀਨ ਕਰਦੇ ਹੋਏ ਜਦੋਂ ਕੱਟ ਵੀ ਹੋ ਗਿਆ ਸੀ, ਤਾਂ ਅਸੀਂ ਇੱਕ ਦੂਜੇ ਦੇ ਗੱਲ ਲੱਗ ਕੇ ਕਾਫੀ ਟਾਈਮ ਰੋਂਦੇ ਰਹੇ। ਔਰ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਕੋਈ ਤੁਸੀਂ ਪਰਫੋਰਮ ਕਰਦੇ ਹੋ ਤਾਂ ਸੇਮ ਟਾਈਮ 'ਤੇ ਕੋਈ ਇਮੋਸ਼ਨਲ ਮੈਮਰੀ ਹੁੰਦੀ ਹੈ, ਜਿਹੜੀ ਜਦੋਂ ਐਜ਼ ਐਨ ਐਕਟਰ ਅਸੀਂ ਕੋਈ ਇਮੋਸ਼ਨਲ ਸੀਨ ਕਰਦੇ ਹਾਂ ਤਾਂ ਕੋਈ ਇਮੋਸ਼ਨਲ ਮੈਮਰੀ ਹੁੰਦੀ ਹੈ ਜਿਹੜੀ ਅਸੀਂ ਯਾਦ ਕਰਦੇ ਹਾਂ, ਅਗਰ ਗਲੈਸਰੀਨ ਨਹੀਂ ਯੂਜ਼ ਕਰਨੀ ਤਾਂ ਉਦੋਂ ਬਹੁਤ ਸਾਰੀਆਂ ਚੀਜ਼ਾਂ ਮਿਕਸ ਹੋ ਜਾਂਦੀਆਂ ਨੇ। ਜਿਵੇਂ ਮੈਂ ਮੇਰੇ ਫਾਦਰ ਨੂੰ ਯਾਦ ਕਰਦੇ ਹੋਏ ਹਮੇਸ਼ਾ ਇੱਕ ਪੁਆਇੰਟ ਹੈਗਾ ਨਾ, ਤਾਂ ਉਹ ਦੋਸਤ ਉਹ ਸੀਨ ਹੈਗਾ ਇੱਕ, ਲਾਈਕ ਉਹ ਮੈਨੂੰ ਵੈਸੇ ਤਾਂ ਸਾਰੀ ਫਿਲਮ ਕਲੋਜ਼ ਆ, ਪਰ ਉਹ ਸੀਨ ਕਰਦੇ ਹੋਏ ਪਤਾ ਨਹੀਂ ਕਿੰਨੀ ਦੇਰ ਉਹ ਇਮੋਸ਼ਨਲੀ ਇੱਕ ਰਿਹਾ ਅਟੈਚਮੈਂਟ। ਔਰ ਵੈਸੇ ਵੀ ਜਦੋਂ ਪਰਮੀਸ਼ 'ਤੇ ਅਸੀਂ ਇਕੱਠੇ ਕੰਮ ਕਰਦੇ ਹਾਂ, ਚਾਹੇ ਰੌਕੀ ਚਾਹੇ ਹੁਣ ਰੌਕੀ 2 ਦੇ ਵਿੱਚ ਆ ਰਹੇ ਹਾਂ, ਤਾਂ ਇੱਕ ਇੱਕ ਬੌਂਡ ਹੈਗਾ ਇੱਕ, ਉਹ ਪਰਫੋਰਮ ਬਹੁਤ ਐਫਰਟਲੈਸ ਆ, ਉਹ ਇੱਦਾਂ ਨਹੀਂ ਦਿਖਾਉਣਾ ਪੈਂਦਾ ਕਿ ਹਾਂ ਆਹ ਚੀਜ਼ ਆ, ਉਹ ਇੰਪਰੋਵਾਈਜੇਸ਼ਨ ਜਾਂ ਕੋਈ ਵੀ ਚੀਜ਼। ਤਾਂ ਉਹ ਇਹ ਫਿਲਮ ਲਾਈਕ ਮੈਂ ਕਹਿ ਸਕਦਾ ਹੁੰਦਾ ਕਿ ਬਹੁਤ ਘੱਟ ਫਿਲਮਾਂ ਨੂੰ ਮੈਂ ਕਹਿੰਦਾ ਹੁੰਦਾ ਕਿ ਆਪਣੀ ਫਿਲਮ ਆ, ਕਈ ਵਾਰੀ ਮੈਂ ਕਹਿੰਦਾ ਹੁੰਦਾ ਕਿ ਮੇਰੀ ਫਿਲਮ ਆ ਰਹੀ ਆ, ਤਾਂ ਰੌਕੀ ਔਰ ਤਬਾਹ ਜਾਂ ਰੌਕੀ ਰਿਟਰਨ ਨੂੰ ਮੈਂ ਕਹਿ ਸਕਦਾ ਕਿ ਆਪਣੀ ਫਿਲਮ ਆ, ਉਹ ਤਾਂ ਕਹਿ ਪਾਉਣਾ ਕਿਉਂਕਿ ਸਾਡਾ ਬੌਂਡ ਇੰਨਾ ਹੈਗਾ। ਸੋ ਇਹੀ ਗੁਰਜਨ ਦੀ ਵੀਰੇ ਲਾਸਟ, ਮੈਂ ਕਿਤੇ ਜ਼ਿਆਦਾ ਤਾਂ ਸਵਾਲ ਪੁੱਛ ਰਿਹਾ, ਥੈਂਕ ਯੂ ਵੀਰੇ, ਮੈਂ ਚੰਗੇ ਸਵਾਲ ਪੁੱਛ ਰਿਹਾ। ਮੈਂ ਨਾ ਇੱਕ ਰਾਈਟਰ ਤੋਂ ਜਾਣਨਾ ਚਾਹੁੰਦਾ ਕਿ ਮੁਹੱਬਤ ਮਿਲ ਜਾਣਾ ਹੀ ਮੁਹੱਬਤ ਆ ਜਾਂ ਅਧੂਰੀ ਮੁਹੱਬਤ ਵੀ ਬੜੀ ਪਾਕ ਹੁੰਦੀ ਹੈ? ਬਹੁਤ ਵਧੀਆ, ਪਰ ਮੈਂ ਜਿਹੜੀ ਗੱਲ ਤੈਨੂੰ ਦੱਸੂਗਾ ਇਹ ਮੇਰਾ ਖਿਆਲ ਹੈ, ਹੋ ਸਕਦਾ ਕੋਈ ਸਹਿਮਤ ਹੋਵੇ ਜਾਂ ਨਾ ਹੋਵੇ। ਮੈਨੂੰ ਇੰਝ ਲੱਗਦਾ ਕਿ ਅੱਜ ਦੇ ਟਾਈਮ ਦੇ ਵਿੱਚ ਅਗਰ ਮੁਹੱਬਤ ਨਹੀਂ ਮਿਲਦੀ ਤਾਂ ਬਹੁਤ ਖੂਬਸੂਰਤ ਹੈ, ਜਦੋਂ ਮਿਲ ਜਾਂਦੀ ਹੈ ਨਾ ਫਿਰ ਚੀਜ਼ਾਂ ਵੰਡੀਆਂ ਜਾਂਦੀਆਂ, ਮੇਰਾ ਇਹ ਤੇਰਾ, ਤੂੰ ਐਂ ਕਿਉਂ ਕੀਤਾ, ਉਹ ਕਿਉਂ ਕੀਤਾ। ਜੇ ਮੈਂ ਕਿਸੇ ਨੂੰ ਪਿਆਰ ਕਰਦਾ ਅਤੇ ਮੈਂ ਉਹਨੂੰ ਦੱਸਿਆ ਨਹੀਂ, ਤੂੰ ਮੇਰਾ ਨਾ ਤੱਲੇ ਦਾ ਹੱਕ ਹੈ, ਫਿਰ ਉਹ ਜਿੰਨਾ ਮਰਜ਼ੀ ਵਿਆਹ ਕਰਾਵੇ, ਜਿੱਥੇ ਮਰਜ਼ੀ ਜਾਵੇ, ਮੈਂ ਕੀ ਲੈਣਾ, ਉਹ ਮੇਰਾ ਆਪਣਾ ਪਿਆਰ ਹੈ, ਮੈਂ ਆਪਣੇ ਅੰਦਰ ਪਾਲਿਆ, ਵੱਡਾ ਕੀਤਾ। ਇਹ ਦੂਜਾ ਪੱਖ ਹੈ, ਇਹ ਵੀ ਤਬਾਹ ਦਾ ਪੱਖ ਥੋੜ੍ਹਾ ਵੱਖਰਾ ਹੈ ਇਹਨੂੰ, ਪਰ ਇਹ ਉਹਦੇ ਨਾਲ ਮੈਚ ਕਰਦਾ ਵੀ ਇੱਦਾਂ ਦੇ ਲੋਕ ਵੀ ਹੈਗੇ ਆ ਜਿਹੜੇ ਅੰਦਰ ਪਾਲ ਲੈਂਦੇ ਆ ਅਤੇ ਖੁਸ਼ ਰਹਿੰਦੇ ਪੂਰੀ ਲਾਈਫ। ਉਹ ਕਹਿੰਦੇ ਮੈਨੂੰ ਜ਼ਰੂਰਤ ਨਹੀਂ ਆ ਤੇਰੀ, ਮੈਂ ਤੇਰੀ ਫੋਟੋ 'ਤੇ ਕਮੈਂਟ ਵੀ ਨਹੀਂ ਕਰਨਾ, ਮੇਰੀ ਮਰਜ਼ੀ। ਉਹਨੂੰ ਟਰੂ ਪਿਆਰ ਕੋਈ ਨਹੀਂ ਆ, ਪਰ ਜਦੋਂ ਵਿਆਹ ਹੋ ਜਾਂਦਾ, ਅੱਜ ਦੇ ਟਾਈਮ ਦੀ ਗੱਲ ਕਰਦਾ, ਪੁਰਾਣੇ ਤਾਂ ਮੈਨੂੰ ਪਤਾ ਨਹੀਂ, ਵੀ ਜਦੋਂ ਵਿਆਹ ਹੋ ਜਾਂਦਾ ਫਿਰ ਚੀਜ਼ਾਂ ਵੰਡੀਆਂ ਜਾਂਦੀਆਂ। ਜਿੱਥੇ ਪਿਆਰ ਆ ਜ਼ਿੰਦਗੀ 'ਚ, ਇੱਕ ਗੱਲ ਯਾਦ ਰੱਖਿਓ, ਉੱਥੇ ਕਿਸੇ ਚੀਜ਼ ਦੀ ਜਗ੍ਹਾ ਨਹੀਂ ਹੈਗੀ, ਹੋਰ ਲੜਾਈ ਦੀ ਵੀ ਨਹੀਂ। ਜਿੱਥੇ ਪਿਆਰ ਨੇ ਜਗ੍ਹਾ ਲੈ ਲਈ ਨਾ, ਉੱਥੇ ਹੋਰ ਕਿਸੇ ਚੀਜ਼ ਦੀ ਜਗ੍ਹਾ ਨਹੀਂ ਆ, ਉਹ ਪਿਆਰ ਹੈ। ਜਿੱਥੇ ਲੜਾਈ ਆ ਗਈ, ਜਿੱਥੇ ਆ ਗਿਆ ਤੂੰ ਕਿੱਥੇ ਗਿਆ ਸੀ, ਤੂੰ ਐਂ ਕਿਉਂ ਕੀਤਾ, ਮੈਂ ਨਹੀਂ ਪਕਾਉਣੀ ਰੋਟੀ, ਉਹ ਪਿਆਰ ਨਹੀਂ ਆ।
ਇਸ ਕਰਕੇ ਮੈਂ ਕਹਿੰਦਾ ਕਿ ਪਿਆਰ 'ਚ ਪਾਉਣਾ ਨਹੀਂ, ਇਹ ਨਾ ਸੋਚੋ ਕਿ ਅਸੀਂ ਪਾਉਣਾ ਹੈ ਕੁਛ ਪਿਆਰ। ਟਰੂ ਪਿਆਰ, ਇਮਾਨਦਾਰੀ ਵਾਲਾ ਪਿਆਰ ਉਹ ਹੈ। ਜਲਦੀ ਮੇਰੀ ਇੱਕ ਫਿਲਮ ਹੋਰ ਆ ਰਹੀ ਹੈ, ਉਹ ਤੇ ਮੈਂ ਸੋਰੀ ਉਹ ਤੇ ਮੈਂ ਇੱਕ ਫਿਲਮ ਆ ਰਹੀ ਹੈ ਮੇਰੀ, ਜਲਦੀ ਸ਼ੂਟ 'ਤੇ ਜਾਵਾਂਗੇ ਆਪਾਂ। ਇੱਥੋਂ ਦੀ ਇੱਕ ਪ੍ਰੋਡਕਸ਼ਨ, ਬਹੁਤ ਵੱਡੀ ਪ੍ਰੋਡਕਸ਼ਨ ਕੰਪਨੀ ਜਿਹੜੀ ਉਹਨੂੰ ਕਰ ਰਹੀ ਆ, ਉਹਦੇ 'ਚ ਇਹ ਦੱਸਾਂਗੇ ਆਪਾਂ, ਉਸ ਫਿਲਮ 'ਚ ਸਮਝਾਵਾਂਗੇ। ਉਹ ਪਹਿਲੀ ਫਿਲਮ ਹੋਊਗੀ ਯੂਨੀਵਰਸਿਟੀ ਜਿਹ 'ਚ ਕਿਸੇ ਦਾ ਨਾਮ ਨਹੀਂ ਆ, ਅਤੇ ਉਹ 'ਚ ਸਮਝਾਵਾਂਗੇ ਕਿ ਪਿਆਰ ਅਸਲ 'ਚ ਕੀ ਆ, ਇਸ਼ਕ ਕਿਹਨੂੰ ਕਹਿੰਦੇ ਆ। ਇਸ਼ਕ ਅੰਦਰ ਹੁੰਦਾ, ਇੱਕ ਤਰਫਾ ਮੁਹੱਬਤ ਹੋਣੀ ਜ਼ਰੂਰੀ ਹੈ ਨਹੀਂ? ਇੱਕ ਇਹ ਤਾਂ ਨਾਮ ਦੇ ਤਾ ਨਾ ਵੀਰੇ ਆਪਾਂ, ਵੀ ਇੱਕ ਤਰਫਾ ਹੈ, ਇੱਕ ਤਰਫਾ ਥੋੜ੍ਹੀ ਕੰਪਲੀਟ ਮੇਰੇ ਕੋਲ ਹੈ। ਉਹ ਮੈਂ ਕਹਿਤਾ ਵੀ ਦੋ ਬੰਦੇ ਆ, ਉਹਨਾਂ ਦਾ ਘਰ ਹੈ, ਦੋ ਭਰਾ ਨੇ ਉਹਨਾਂ ਦਾ ਘਰ ਹੈ, ਮੈਂ ਤੇ ਵੀਰਾ ਇੱਕ ਜ਼ਮੀਨ ਖਰੀਦੀ, ਅਤੇ ਜੇ ਅਸੀਂ ਦੋਵੇਂ ਉਹ 'ਚ ਰਹਿੰਦੇ ਹਾਂ ਤਾਂ ਦੋ ਹਿੱਸੇ ਹੋ ਗਏ, ਜੇ ਇਹਨਾਂ ਨੇ ਮੈਨੂੰ ਦੇਤੀ ਫਿਰ ਇੱਕ ਤਰਫਾ ਥੋੜ੍ਹੀ ਹੋਈ, ਮੈਂ ਮਾਲਕ ਹੋ ਗਿਆ ਨਾ ਸਰਕਾਰ ਉਹਦਾ। ਅਤੇ ਇਸ਼ਕ ਦਾ ਮੈਂ ਇਕੱਲਾ ਮਾਲਕ ਤਾਂ ਆਇਆ ਜੇ ਮੈਂ ਉਹਨੂੰ ਦੱਸਿਆ ਨਹੀਂ, ਉਹਨੂੰ ਕਿਹਾ ਨਹੀਂ, ਮੈਂ ਕੀ ਲੈਣਾ ਉਹਦੇ ਤੋਂ, ਪਿਆਰ ਤਾਂ ਮੈਂ ਕੀਤਾ। ਐਵੇਂ ਹੀ ਅੰਬਰ ਦਾ ਕਰੈਕਟਰ ਹੈ, ਉਹਨੇ ਇਸ਼ਕ ਕੀਤਾ, ਇਹ ਫੀਲ ਹੈ ਫਿਲਮ ਦੀ, ਅਤੇ ਉਹ ਦਿਖੂਗੀ ਜਦੋਂ ਅਸੀਂ ਫਿਲਮ ਸਟਾਰਟ ਕਰਦੇ। ਬਾਈ ਨੇ ਮੈਨੂੰ ਕਿਹਾ, ਬੋਲ ਸਕਦਾ ਥੋੜ੍ਹੇ ਦੇਰ ਹੋਰ? ਅਤੇ ਬਾਈ ਨੇ ਮੈਨੂੰ ਕਿਹਾ ਵੀ ਆਪਾਂ ਗੁਰਜਿੰਦਰ ਪਰਮੀਸ਼ ਨਾਲ ਫਿਲਮ ਕਰਨੀ ਆ। ਹਾਂਜੀ, ਉੱਪਰ ਰੱਖਾਂ ਮਾਈਕ? ਕਹਿੰਦੇ ਮੈਨੂੰ, ਕਹਿੰਦੇ ਬਾਈ, ਕਹਿੰਦੇ ਬਾਈ ਇੱਧਰ ਵੀ ਦੋਸਤ ਸੀ, ਮੇਰੇ ਵੀ ਦੋਸਤ ਸੀ, ਅਤੇ ਮੈਂ ਤਾਂ ਪਰਮੀਸ਼ ਮਿਲਦੇ ਹਮੇਸ਼ਾ, ਜਦੋਂ ਪਰਮੀਸ਼ ਬਾਈ ਮੈਨੂੰ ਮਿਲਦੇ ਸੀ ਬਹੁਤ ਪਿਆਰ ਨਾਲ ਮਿਲਦੇ, ਕੰਮ ਦੀ ਕਦੀ ਸਾਡੀ ਗੱਲ ਨਹੀਂ ਹੋਈ। ਮੈਨੂੰ ਲੱਗਦਾ 5-6 ਸਾਲ ਤੋਂ ਹੈਲੋ ਹਾਏ ਸਾਡੀ ਹੁੰਦੀ ਸੀ। ਬਾਈ ਮੈਨੂੰ ਕਹਿੰਦੇ ਯਾਰ ਗੁਰਜਿੰਦਰ, ਆਪਾਂ ਇੱਕ ਫਿਲਮ ਕਰਨੀ ਆ ਪਰਮੀਸ਼ ਨਾਲ, ਆਪਾਂ ਇੱਕ ਫਿਲਮ ਕਰਨੀ ਹੈ। ਮੈਂ ਕਿਹਾ ਬਾਈ ਤੁਸੀਂ ਦੇਖ ਲਓ, ਪਰਮੀਸ਼ ਹੋਰ ਤਰੀਕੇ ਨਾਲ ਕੰਮ ਕਰਦਾ, ਵੀ ਉਹ ਆਪਣੀ ਗੱਲ ਮੰਨੂਗਾ। ਹੁੰਦਾ ਨਾ ਬੰਦੇ ਨੂੰ, ਪਰਮੀਸ਼ ਦਾ ਇੱਕ ਸਟਾਈਲ ਹੈ ਨਾ ਕੰਮ ਕਰਨ ਦਾ। ਤੁਸੀਂ ਮੈਨੂੰ ਜਾਣਦੇ, ਤੁਹਾਨੂੰ ਲੱਗਦਾ ਸੀ? ਨਹੀਂ, ਆਪਾਂ ਹੈਲੋ ਹਾਈ ਹੁੰਦੀ ਸੀ ਆਪਣੀ, ਮੈਨੂੰ ਲੱਗਦਾ ਸੀ ਵੀ ਪਰਮੀਸ਼ ਆਪਣੇ, ਕਿਉਂਕਿ ਪਰਮੀਸ਼ ਨੇ ਆਪ ਹੀ ਕੰਮ ਕੀਤਾ ਨਾ ਹੁਣ ਤੱਕ, ਉਹਨੇ ਗਾਣੇ ਕੀਤੇ, ਆਪਣੀ ਜਰਨੀ ਉਹਦੀ ਪੂਰੀ, ਅਤੇ ਮੈਨੂੰ ਲੱਗਦਾ ਸੀ ਵੀ ਮੈਂ ਜਦੋਂ ਵੀ ਫਿਲਮ ਬਣਾਉਂਦਾ ਮੇਰੀ ਇੱਕ ਆਪਣੀ ਫੀਲ ਹੈ, ਸਮਝੂਗਾ ਬਾਈ। ਕਹਿੰਦੇ ਆਪਾਂ ਇੱਕ ਦਿਨ ਪੂਰਾ ਪੂਰਾ ਆਪਾਂ, ਮੈਂ ਪਰਮੀਸ਼ ਨੂੰ ਫੋਨ ਕਰ ਲੱਗਾ। ਸੋਰੀ, ਮੈਨੂੰ ਇੱਕ ਗੱਲ ਰਿਮਾਈਂਡ ਕਰਾ ਦਾ, ਜਦੋਂ ਇਹਨੇ ਮੈਨੂੰ ਕਿਹਾ ਕਿ ਵੀਰੇ ਵੀ ਆਪਣਾ ਮਤਲਬ ਆਪਣੀ ਗੱਲ ਮੰਨ ਲਓ ਜਾਂ ਫਿਰ ਉਹਦੇ, ਮੇਰਾ ਪਹਿਲਾ ਸਵਾਲ ਇਹੀ ਸੀ ਵੀ ਤੂੰ ਪਰਮੀਸ਼ ਨੂੰ ਕਦੇ ਮਿਲਿਆ? ਕਹਿੰਦਾ ਨਹੀਂ। ਮੈਂ ਕਿਹਾ ਉਹਦੇ ਨਾਲ ਬੈਠਿਆ? ਕਹਿੰਦਾ ਨਹੀਂ। ਮੈਂ ਕਦੇ ਕੰਮ ਕੀਤਾ? ਕਹਿੰਦਾ ਨਹੀਂ। ਮੈਂ ਕਿਹਾ ਫਿਰ ਇਹ ਧਾਰਨਾ ਮਤਲਬ ਸੋਚਣੀ ਵੀ ਨਹੀਂ ਬਣਦੀ। ਤਾਂ ਮੈਂ ਇਹ ਮੂਹਰੇ ਬੈਠਣ ਨੂੰ ਪੁੱਛੋ, ਮੈਂ ਕਿਹਾ ਆਪਾਂ ਫਿਲਮ ਨਹੀਂ ਕਰ ਰਹੇ, ਕੁਛ ਨਹੀਂ ਕਰ ਰਹੇ, ਇੱਕ ਦਿਨ ਤੂੰ ਮੇਰੇ ਨਾਲ ਚੱਲ, ਆਪਾਂ ਕੌਫੀ ਪੀਣੀ, ਪਹਿਲਾਂ ਬੰਦੇ ਨੂੰ ਮਿਲ, ਬੰਦੇ ਨਾਲ ਦੇਖ। ਔਰ ਤੁਸੀਂ ਬਿਲੀਵ ਕਰੋਗੇ, ਇਹ ਸਾਰੇ ਅਸੀਂ 3 ਬੰਦੇ ਸੀ। ਸਵੇਰੇ 11:30 ਵਜੇ ਦੀ ਗੱਲ ਹੈ, ਮੈਂ ਮੋਰਨਿੰਗ ਫੋਨ ਕੀਤਾ ਵੀ ਪਰਮੀਸ਼ ਕਿੱਥੇ ਆ? ਕਹਿੰਦਾ ਵੀਰੇ ਹੋਮਲੈਂਡ ਆ। ਮੈਂ ਕਿਹਾ ਮੈਂ ਲੈਣ ਆ ਰਿਹਾ, ਆਪਾਂ ਕੌਫੀ ਪੀਣ ਜਾਣਾ। ਹੈਂਡ ਫਰੀ ਫੋਨ ਸੀ ਗੁਰਜੰਦ ਗਵਾਹ, ਮੈਂ ਦੂਜੀ ਗੱਲ ਨਹੀਂ ਦੱਸੀ ਕਿ ਮੇਰੇ ਨਾਲ ਕੌਣ ਹੈ ਕੌਣ ਆ, ਨਹੀਂ। ਰੈਂਡਮਲੀ ਥੱਲੇ ਆਇਆ, ਪਿੱਕ ਕੀਤਾ, ਗੱਡੀ 'ਚ ਬੈਠੇ, ਅਤੇ ਸ਼ਾਮ ਨੂੰ ਫਿਲਮ ਲੌਕ ਸੀ। ਮਤਲਬ ਉਸ ਦਿਨ ਦੀ ਖੂਬਸੂਰਤੀ ਇਹ ਸੀ ਕਿ ਸ਼ਾਮ ਨੂੰ ਕਿਤੇ ਕੋਈ ਨਹੀਂ ਗਿਆ। ਉਸ ਗੱਡੀ 'ਚ 3 ਬੰਦੇ ਕੈਫੇ ਗਏ, ਕੌਫੀਆਂ ਪੀਤੀਆਂ, 3-4 ਵਾਰ ਕੌਫੀ ਕੈਫੇ ਚੇਂਜ ਕੀਤੇ, ਅਤੇ ਫਾਈਨਲੀ ਜਦੋਂ ਅਸੀਂ ਡਰੋਪ ਕਰੇ ਗੁਰਜਿੰਦਰ ਨੂੰ ਕੀਤਾ, ਅਤੇ ਫਿਲਮ ਲੌਕ ਹੋ ਚੁੱਕੀ ਸੀ। ਅਸਲ 'ਚ ਜਦੋਂ ਉਹ ਪੂਰਾ ਦਿਨ ਸੀ ਨਾ, ਜਿਹੜਾ ਪੂਰਾ ਦਿਨ ਬਾਈ ਨੇ ਸਾਡੇ ਨਾਮ ਕੀਤਾ ਹੋਇਆ ਸੀ ਵੀ ਸਾਰੀਆਂ ਕਹਾਣੀਆਂ 'ਚ ਫਿਲਮ ਕਰਨੀ ਆ ਆਪਾਂ, ਅਤੇ ਜਦ ਤੱਕ ਅਸੀਂ ਬੈਠੇ ਨਹੀਂ ਮੇਰੇ ਮਨ 'ਚ ਇਹ ਡਾਊਟ ਸੀ ਵੀ ਫਿਲਮ ਨਹੀਂ ਬਣਦੀ। ਕਿਉਂਕਿ ਕਾਰਨ ਇਹ ਆ ਵੀ ਬਾਈ ਗੁਰਜਿੰਦਰ ਮਾਨ ਓਡਾ ਵੱਡਾ ਨਾਮ ਨਹੀਂ ਆ, ਉਹਨੇ ਸਟਰਗਲ ਕਰਕੇ ਉਹਨੇ ਕਹਿਣਾ ਵੀ ਐਂ ਕਿਵੇਂ। ਅਤੇ ਬਾਈ ਮੈਂ ਦੱਸਦਾ, ਮੈਂ ਜਦੋਂ ਬਾਈ ਮੈਂ ਗਿਆ ਅਤੇ ਮੈਂ ਕਿਹਾ ਵੀ ਬਾਈ ਕਹਿੰਦੇ ਵੀ ਕੀ ਕਰਨਾ ਹੈ? ਮੈਂ ਕਹਾਣੀ ਸੁਣਾਈ, ਅਤੇ ਕਹਾਣੀ ਅਜੇ 7-8 ਮਿੰਟ ਦੀ ਮੈਂ ਸੁਣਾਈ, ਅਤੇ ਮੈਨੂੰ ਕਹਿੰਦੇ ਵੀ ਫਿਲਮ ਆਪਾਂ ਕਰ ਰਹੇ ਹਾਂ, ਕਮਾਲ ਫਿਲਮ ਹੈ। ਹੁਣ ਇਹ ਜੋਨਰ ਵੀ ਅਜੇ ਕੀਤਾ ਨਹੀਂ ਕਦੀ ਪਰਮੀਸ਼ ਨੇ, ਅਤੇ ਮੈਂ ਕਿਹਾ ਵੀ ਕਹਿੰਦੇ ਕੀ ਕਰਨਾ ਵੀਰੇ? ਮੈਂ ਕਿਹਾ ਵੀ ਕਹਿੰਦੇ ਚੱਲ ਮੈਂ ਤੇਰੀ 70% ਗੱਲ ਮੰਨੂੰਗਾ, 30 ਤੂੰ ਮੇਰੀ ਮੰਨ, ਤੂੰ 30 ਮੇਰੀ ਮੰਨ ਲਈ। ਮੈਂ ਇਹ ਸੋਚੀ ਨਹੀਂ ਗੱਲ ਵੀ ਯਾਰ ਇੱਦਾਂ ਪਰਮੀਸ਼ ਕਹਿ ਸਕਦਾ। ਅਤੇ ਮੈਂ ਕਿਹਾ ਬਾਈ ਆਪਾਂ ਨਾ ਨਹੀਂ ਮੰਨੀ। ਅਤੇ ਮੈਂ ਕਿਹਾ ਵੀ ਬਾਈ ਕਹਿੰਦੇ ਕੀ ਕਰਨਾ? ਮੈਂ ਕਿਹਾ ਆਪਾਂ ਮੁੱਛਾਂ ਕਟਾਉਣੀਆਂ। ਮੈਨੂੰ ਕਹਿੰਦੇ ਯਾਰ USP ਹੈ ਮੇਰੀ, ਆਪਾਂ ਮੁੱਛਾਂ। ਮੈਂ ਕਿਹਾ ਨਹੀਂ ਬਾਈ। ਕਹਿੰਦੇ ਚੱਲ ਕਟਾ ਲਈਆਂ ਮੁੱਛਾਂ। ਅਤੇ ਮੈਂ ਕਿਹਾ ਆਪਾਂ ਵੇਟ ਵਧਾਉਣ ਵਾਲਾ। ਹਾਂ ਨਹੀਂ, ਇੱਕ ਗੱਲ ਹੋਰ ਬੜੀ ਵਧੀਆ ਗੱਲ, ਜਦੋਂ ਇਹ ਤੁਹਾਨੂੰ ਵੀ ਨਹੀਂ ਪਰਮੀਸ਼ ਪਤਾ, ਜਦੋਂ ਮੁੱਛਾਂ ਕਟਾਉਣ ਵਾਲੀ ਗੱਲ ਹੋਈ, ਇਹਨੇ ਮੈਨੂੰ ਬਾਹਰ ਆ ਕੇ ਪਤਾ ਕੀ ਗਿਆ? ਕਹਿੰਦਾ ਵੀਰੇ ਫਿਲਮ ਬਣ ਗਈ। ਮੈਂ ਕੀ ਹੋਇਆ? ਕਹਿੰਦਾ ਵੀਰੇ ਜਦੋਂ ਵੀਰੇ ਨੇ ਮੁੱਛਾਂ ਕੱਟਤੀਆਂ, ਇੱਟ ਮੀਨ ਹੁਣ ਫਿਲਮ ਬਣ ਗਈ। ਕਹਿੰਦਾ ਮੈਨੂੰ ਮੇਜਰ ਇਸ਼ੂ ਇਹ ਸੀ ਕਿ ਉੱਥੇ ਗੱਲ, ਕਹਿੰਦਾ ਤੇ ਵੀਰੇ ਨੇ ਤਾਂ ਮਤਲਬ ਵੀ ਕਹਿ ਲਓ ਵੀ ਵਿਦਿਨ ਸੈਕਿੰਡ ਹੀ ਮੈਨੂੰ ਕਹਿਤਾ। ਅੱਛਾ, ਇੱਕ ਤਾਂ ਮੈਂ ਹੋਰ ਗੱਲ ਦੱਸਦਾ ਵੀਰੇ, ਮੈਂ ਇੰਨਾ ਪੜ੍ਹਿਆ ਲਿਖਿਆ ਬੰਦਾ ਨਹੀਂ ਹੈਗਾ, ਜਦੋਂ ਤੁਸੀਂ ਕਿਸੇ ਦੀ ਮੰਨਦੇ ਹੋ ਨਾ, ਜਦੋਂ ਕੋਈ ਤੁਹਾਡੀ ਮੰਨਦਾ, ਤੁਹਾਡਾ ਵੀ ਮੰਨਣ ਨੂੰ ਜੀ ਕਰਦਾ। ਅਤੇ ਮੈਂ ਕਿਹਾ ਵੀਰੇ ਇੱਦਾਂ ਦੀ ਲੁੱਕ ਰੱਖਣੀ ਆਪਾਂ ਐਵੇਂ ਕਰਨਾ, ਪਰਮੀਸ਼ ਬ੍ਰੇਕ ਕਰਨਾ। ਕਹਿੰਦੇ ਡਨ, ਹੁਣ ਮੈਨੂੰ ਵੀਰੇ ਦਾ ਫੋਨ ਆਉਂਦਾ, ਤਾਂ ਬਾਅਦ ਟਾਈਟਲ ਮੈਂ ਰੱਖਣਾ ਨਹੀਂ ਚਾਹੁੰਦਾ।
ਮੈਂ ਕੋਈ ਮੈਨੂੰ ਕਹਿੰਦਾ ਬਾਈ ਵੀਰੇ ਟਾਈਟਲ ਇੱਕ ਗੱਲ ਮੇਰੀ ਮੰਨ ਲਓ ਮੈਂ ਕਿਹਾ ਹਾਂਜੀ ਕਹਿੰਦੇ ਟਾਈਟਲ ਆਪਾਂ ਤਬਾਹ ਰੱਖਣਾ ਮੈਂ ਕਿਹਾ ਓਕੇ ਤਾਂ ਜਦੋਂ ਅਸੀਂ ਸਾਰੀਆਂ ਗੱਲਾਂ ਇੱਕ ਦੂਜੇ ਦੀਆਂ ਮੰਨ ਕੇ ਇਹ ਫਿਲਮ ਹੀ ਐਵੇਂ ਦੀ ਹੈ ਤੁਹਾਨੂੰ ਪਹਿਲੀ ਵਾਰੀ ਐਂ ਫੀਲ ਹੋਊਗਾ ਵੀ ਇਹ ਪੈਸੇ ਕਮਾਉਣ ਲਈ ਜਾਂ ਕੁਛ ਉੱਦਾਂ ਦੀਆਂ ਚੀਜ਼ਾਂ ਕਰਨ ਲਈ ਫਿਲਮ ਨਹੀਂ ਬਣੀ ਔਰ ਤੁਸੀਂ ਬਿਲੀਵ ਕਰਿਓ ਜਦ ਫਿਲਮ ਸਟਾਰਟ ਹੋਈ ਮੈਨੂੰ ਲੱਗਦਾ ਹੁਣ ਤੱਕ ਵੀ ਨਹੀਂ ਪਤਾ ਪਰਮੀਸ਼ ਬਾਈ ਨੂੰ ਵੀ ਅਸੀਂ ਕੀ ਫੀਸ ਤੈਅ ਕੀਤੀ ਕੁਛ ਵੀ ਨਹੀਂ ਪਤਾ ਨਾ ਮੈਂ ਮੰਗੀ ਨਾ ਇਹਨਾਂ ਨੇ ਕਿਹਾ ਬਿਲਕੁਲ ਦਿੱਤੀ ਲਿਫਾ ਬਿਲਕੁਲ ਦਿੱਤੀ ਐਂ ਲਿਫਾਫਾ ਭਰ ਕੇ ਆਉਂਦਾ ਬਿਲਕੁਲ ਦਿੱਤੀ ਪਰ ਗੱਲ ਇੱਧਰ ਸੀ ਇੱਧਰ ਸੀ ਇੱਧਰ ਸੀ ਰੋਕੀ ਮੰਡਲ ਦੇਖੀ ਸੀ ਨਾ ਉਹ ਤੋਂ ਬਾਅਦ ਜਗਜੀਤ ਵੀਰੇ ਨੂੰ ਧੀਰਜ ਵੀਰੇ ਨੂੰ ਮਤਲਬ ਪਹਿਲਾਂ ਵੀ ਪਿਆਰ ਕਰਦੀ ਸੀ ਆਡੀਅੰਸ ਲੇਕਿਨ ਰੋਕੀ ਮੰਡਲ ਤੋਂ ਬਾਅਦ ਬਹੁਤ ਜ਼ਿਆਦਾ ਆਡੀਅੰਸ ਮਤਲਬ ਵਧੀ ਸੀਗੀ ਦੋਨਾਂ ਆਰਟਿਸਟਾਂ ਦੀ ਹੈ ਨਾ ਇਸ ਫਿਲਮ ਦੇ ਵਿੱਚ ਵੀ ਮੈਂ ਸੁਣਿਆ ਕਿ ਬਹੁਤ ਸਾਰੇ ਆਰਟਿਸਟ ਸਾਨੂੰ ਇੱਦਾਂ ਦੇ ਇੰਟਰਡਿਊਸ ਹੋਣਗੇ ਜਿਹਨਾਂ ਨੂੰ ਸਾਰੀ ਦੁਨੀਆਂ ਜਾਣਨ ਲੱਗ ਜੂਗੀ ਹੈ ਨਾ ਉਹਦੇ ਵਿੱਚੋਂ ਕਵੀ ਭਾਜੀ ਵੀ ਨੇ ਅਤੇ ਹੋਰ ਆਰਟਿਸਟ ਵੀ ਨੇ ਮੈਂ ਚਾਹੁੰਦਾ ਹੈ ਕਿ ਉਹਨਾਂ ਨਾਲ ਵੀ ਗੱਲਬਾਤ ਹੋਵੇ ਅਤੇ ਉਹ ਵੀ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਸਾਡੇ ਨਾਲ ਬਿਲਕੁਲ ਵੀਰੇ ਸਾਡੇ ਨਾਲ ਕਵੀ ਵੀਰਾ ਜੀ ਅਤੇ ਦੀਪਕ ਵੀਰਾ ਸਾਡੇ ਨਾਲ ਨੇ ਅਤੇ ਇਸ਼ਾਨ ਤਾਂ ਚਲੋ ਡੀ ਓ ਪੀ ਆ ਇਸ਼ਾਨ ਭਾਜੀ ਡੀ ਓ ਪੀ ਨੇ ਮੈਂ ਤੁਹਾਨੂੰ ਪਹਿਲਾਂ ਸਾਰਿਆਂ ਦੀ ਛੋਟੀ ਛੋਟੀ ਇੰਟਰੋਡਕਸ਼ਨ ਦੇ ਦੇਣਾ ਦੀਪਕ ਵੀਰਾ ਸਾਡੇ ਨਾਲ ਨੇ ਜੀ ਅਤੇ ਕਵੀ ਇਜ਼ ਪਲੇਇੰਗ ਜੱਗੀ ਹਰਮਨ ਬਰਾੜ ਸਾਡੇ ਨਾਲ ਨੇ ਜੀ ਜਿਹਨਾਂ ਜੋ ਵਾਮਿਕਾ ਦੇ ਫਰੈਂਡ ਪਰਫੋਰਮ ਕਰ ਰਹੇ ਨੇ ਅਤੇ ਸ਼ੀ ਇਜ਼ ਡਨ ਅ ਫੈਂਟੈਸਟਿਕ ਵਰਕ ਹਰਮਨ ਨੂੰ ਤੁਸੀਂ ਪਹਿਲਾਂ ਰੂਬੀਕੋਨ ਡ੍ਰਿਲ ਦੇ ਵਿੱਚ ਵੀ ਦੇਖਿਆ ਸੀ ਪਰਫੋਰਮ ਕਰਦੇ ਇਸ਼ਾਨ ਅਤੇ ਮੈਂ ਅਸੀਂ ਬਚਪਨ ਦੇ ਦੋਸਤ ਹਾਂ ਇਸ਼ਾਨ ਜੀ ਇੱਕ ਮਿੰਟ ਹੱਥ ਜਿਹਾ ਖੜਾ ਕਰਕੇ ਇਸ਼ਾਨ ਅਤੇ ਮੈਂ ਅਸੀਂ ਬਚਪਨ ਦੇ ਦੋਸਤ ਥੀਏਟਰ ਇਕੱਠੇ ਕਰਦੇ ਹੁੰਦੇ ਸੀ ਅਸੀਂ ਨੁੱਕੜ ਨਾਟਕ ਇਕੱਠੇ ਕਰਦੇ ਹੁੰਦੇ ਸੀ ਪੰਜਵੀਂ ਸੱਤਵੀਂ ਕਲਾਸ ਦੇ ਵਿੱਚ ਅਤੇ ਜਿਵੇਂ ਬੱਚੇ ਸ਼ਾਮ ਨੂੰ ਕ੍ਰਿਕਟ ਖੇਡਦੇ ਨੇ ਸਟਾਪੂ ਖੇਡਦੇ ਨੇ ਅਸੀਂ ਘਰੋਂ ਕੋਈ ਪਲੇਅ ਦੀ ਕਾਪੀ ਇਕੱਠੀ ਲੈ ਕੇ ਜਾਣੀ ਅਤੇ ਦੋ ਜਾਣਿਆਂ ਵਾਲਾ ਪਲੇਅ ਤਿਆਰ ਕਰ ਲੈਣਾ ਅਤੇ ਅਸੀਂ ਆਪਸ 'ਚ ਹੀ ਪਰਫੋਰਮ ਕਰਨਾ ਅਤੇ ਸ਼ਾਮ ਨੂੰ ਜਿਵੇਂ ਗਲੀ ਦੇ ਸਾਰੇ ਜਵਾਕਾਂ ਨੂੰ ਬਿਠਾ ਕੇ ਅਸੀਂ ਪਲੇਅ ਕਰਦੇ ਹੁੰਦੇ ਸੀ ਸੋ ਜ਼ਿੰਦਗੀ ਨੇ ਦੇਖੋ ਕਿੰਨਾ ਮੋੜ ਲਿਆ ਮੈਂ ਪਹਿਲੀ ਫਿਲਮ ਪ੍ਰੋਡਿਊਸ ਕਰਨ ਲੱਗਾ ਅਤੇ ਮੈਂ ਇਸ਼ਾਨ ਨੂੰ ਕਾਲ ਕੀਤੀ ਹੀ ਇਜ਼ ਅ ਫੈਂਟੈਸਟਿਕ ਡੀ ਓ ਪੀ ਕਿ ਯਾਰ ਮੇਰੀ ਪਹਿਲੀ ਫਿਲਮ ਹੈ ਅਤੇ ਆਪਾਂ ਬਚਪਨ ਦੇ ਦੋਸਤ ਹੈ ਵਾਂਟ ਯੂ ਟੂ ਵਰਕ ਇਨ ਅ ਫਿਲਮ ਸੋ ਥੈਂਕ ਯੂ ਇਸ਼ਾਨ ਲਵ ਯੂ ਬ੍ਰੋ ਅਤੇ ਕਵੀ ਜੀ ਸਾਡੇ ਨਾਲ ਨੇ ਜੀ ਇਹਨਾਂ ਨੂੰ ਤੁਸੀਂ ਪਹਿਲਾਂ ਬੱਬਰ ਦੇ ਵਿੱਚ ਦੇਖਿਆ ਵਾਰਨਿੰਗ ਦੇ ਵਿੱਚ ਦੇਖਿਆ ਹੋਰ ਕਿਹੜੀ ਕਿਹੜੀ ਫਿਲਮ ਦੱਸ ਮਾੜੇ ਆ ਰੋਡੇ ਕਾਲਜ 'ਚ ਵੀ ਕਵੀ ਸਾਨੂੰ ਦਿਖਿਆ ਰੋਕੀ ਮੈਂਟਲ 'ਚ ਵੀ ਥੋੜ੍ਹਾ ਜਿਹਾ ਸੀਗਾ ਮੈਡਲ ਮੈਡਲ ਚੋਬਰ ਵਾਰਨਿੰਗ ਹੁਣ ਤੂੰ ਵੀ ਲੇਟ ਆਇਆ ਕਰੀ ਮੈਂ ਪਹਿਲਾਂ ਲੇਟ ਆਉਂਦਾ ਹਾਂਜੀ ਵੀਰੇ ਰੋਕੀ ਮੈਂਟਲ 'ਚ ਪਹਿਲਾਂ ਕੰਮ ਕੀਤਾ ਸੀ ਵੀਰੇ ਨਾਲ ਪਰਮੇਸ਼ਵਰ ਨੂੰ ਨਹੀਂ ਪਤਾ ਇਹਨੂੰ ਵੀ ਨਹੀਂ ਪਤਾ ਮੈਨੂੰ ਹੈਰਾਨੀ ਇਸ ਗੱਲ ਦੀ ਧੀਰੇ ਵੀਰੇ ਨੂੰ ਵੀ ਪਤਾ ਸੀ ਇਹਨਾਂ ਨੂੰ ਵੀ ਥੋੜ੍ਹੇ ਦਿਨ ਪਹਿਲਾਂ ਪਤਾ ਲੱਗਿਆ ਉਹਦੇ 'ਚ ਇੱਕ ਸੀਨ ਸੀ ਮੇਰਾ ਉਹ ਵੀ ਆਡੀਸ਼ਨ ਕਰਕੇ ਮਿਲਿਆ ਸੀ ਅਤੇ ਉਸ ਤੋਂ ਬਾਅਦ ਕੱਟ ਨੂੰ ਮਿਲਿਆ ਜਦੋਂ ਤਬਾਹ ਦਾ ਸ਼ੂਟ ਲਈ ਮਿਲਿਆ ਫਾਈਨਲੀ ਵੀ ਕਰਨਾ ਅਤੇ ਮੈਂ ਦੱਸਿਆ ਮੈਂ ਕਿਹਾ ਯਾਰ ਯਾਦ ਆ ਤੁਹਾਨੂੰ ਵੀ ਮੈਂ ਰੋਕੀ ਮੈਂਟਲ 'ਚ ਵੀ ਸੀ ਕਹਿੰਦੇ ਯਾਰ ਤੂੰ ਕਿੱਥੇ ਸੀ ਫਿਰ ਮੈਂ ਕਿਹਾ ਧਿਆਨ ਦਿਓ ਫਿਰ ਚੇਤਾ ਕਿ ਤੂੰ ਅੱਛਾ ਯਾਰ ਜੱਫੀ ਪਾ ਵੀ ਪਿੱਛੇ ਜੇ ਖੜਾ ਸੀ ਤੂੰ ਜਦ ਤੂੰ ਕਹਿਣਾ ਮਨਾ ਕਰਿਆ ਇੰਨਾ ਡਾਇਲੋਗ ਸੀ ਇਹਦਾ ਡਾਇਲੋਗ ਸੀ ਮਨਾ ਕਰਿਆ ਇਹਦਾ ਆਡੀਸ਼ਨ ਹੋਇਆ ਸੀ ਮੇਰੀ ਡੈਬਿਊ ਫਿਲਮ ਸੀ ਅਤੇ ਫਿਰ ਮਤਲਬ 6 ਸਾਲ ਬਾਅਦ ਮੈਨੂੰ ਆਪਣੇ ਆਪ 'ਚ ਇੱਕ ਬਹੁਤ ਖੁਸ਼ੀ ਮਹਿਸੂਸ ਹੋਈ ਉਦੋਂ ਵੀ ਵੀਰੇ ਨੇ ਐਡਰੈਸ ਕਰਕੇ ਜੱਫੀ ਪਾ ਕੇ ਗਿਆ ਯਾਰ 6 ਸਾਲ ਬਾਅਦ ਆਪਾਂ ਇਕੱਠੇ ਸਕਰੀਨ ਸ਼ੇਅਰ ਕਰ ਰਹੇ ਹਾਂ ਉਹ ਵੱਡੀ ਗੱਲ ਸੀ ਅਸੀਂ ਸਾਰੇ ਹੀ ਮਤਲਬ ਕਵੀ ਵੀਰਾ ਲਾ ਲਓ ਧੀਰਜ ਲਾ ਲਓ ਮੈਂ ਲਾ ਲਓ ਅਸੀਂ ਸਾਰਿਆਂ ਨੇ ਫਿਲਮ 'ਚ ਪਹਿਲਾਂ ਕਿਸੇ ਨੇ ਕਰਾਊਡ ਦਾ ਕੰਮ ਕੀਤਾ ਕਿਸੇ ਨੇ ਛੋਟਾ ਕਰੈਕਟਰ ਕੀਤਾ ਕਿਸੇ ਨੇ ਕੁਛ ਕਿਸੇ ਨੇ ਕੁਛ ਤਾਂ ਮੈਨੂੰ ਲੱਗਦਾ ਜਿਵੇਂ ਅਸੀਂ ਸਾਰੇ ਜਾਣੇ ਹੀ ਜਿਹਨੂੰ ਇੱਕ ਤਰੀਕੇ ਦੇ ਸਟਰਗਲਰਸ ਹੀ ਹਾਂ ਮਤਲਬ ਗੋਲਡ ਬੋਏ ਵੀਰੇ ਨਾਲ ਜਦੋਂ ਅਸੀਂ ਠੋਕਦਾ ਰਿਹਾ ਆਦਤ ਉਹ ਗਾਣੇ ਵੀਰੇ ਨੇ ਬਣਾਏ ਸੀ ਜਦੋਂ ਮੈਂ ਨਿੰਜੇ ਦੇ ਨਾਲ ਜੋਬ ਕੰਮ ਕਰਦਾ ਹੁੰਦਾ ਸੀਗਾ ਸੋ ਉਦੋਂ ਦੀ ਸਾਡੀ ਜਰਨੀ ਹੈ ਇਸ਼ਾਨ ਵੀਰੇ ਨੂੰ ਅਸੀਂ ਸ਼ੁਰੂ ਤੋਂ ਜਾਣਦੇ ਮੇਰਾ ਪਹਿਲਾ ਮਿਊਜ਼ਿਕ ਵੀਡੀਓ ਜਿਹੜਾ ਮੈਂ 25,000 ਰੁਪਏ 'ਚ ਬਣਾਇਆ ਸੀ ਉਹਦਾ ਡੀ ਓ ਪੀ ਵੀ ਇਸ਼ਾਨ ਸੀਗਾ ਸੋ ਮੈਨੂੰ ਲੱਗਦਾ ਸੀ ਲਾਈਫ 'ਚ ਨਾ ਸਟਰਗਲ ਤੇ ਹਰ ਪੜਾਅ 'ਚ ਹੀ ਇਕੱਠੇ ਸੀ ਸ਼ੁਰੂ ਵੀ ਇਕੱਠਾ ਕੀਤਾ ਥੋੜ੍ਹਾ ਥੋੜ੍ਹਾ ਕੰਮ ਵੀ ਇਕੱਠੇ ਚੱਲਣ ਲੱਗਿਆ ਸੋ ਜਦੋਂ ਜ਼ਿੰਦਗੀ 'ਚ ਕੁਛ ਮੇਜਰ ਕਰਨ ਲੱਗੇ ਸੋ ਹੱਕ ਵੀ ਉਹਨਾਂ ਦਾ ਹੀ ਆ ਹੈ ਨਾ ਕਿਉਂਕਿ ਰੇਰਾ ਸਰਟੀਫਿਕੇਟ ਵੀ ਇਹਨਾਂ ਨੇ ਕਢਾਇਆ ਸੀਗਾ ਸੋ ਜਿਹੜੀਆਂ ਪਹਿਲੀਆਂ 'ਚ ਜਿਹੜੇ ਤੁਸੀਂ ਸਟੈਪਸ ਲੈਂਦੇ ਹੋ ਇਹ ਇਹਨਾਂ ਨੇ ਉਹ ਸਟੈਪਸ 'ਚ ਇਨਵੈਸਟਮੈਂਟ ਕੀਤੀ ਆ ਅਤੇ ਹੁਣੇ ਵੱਡਿਆਂ 'ਚ ਇਨਵੈਸਟਮੈਂਟ ਹੋ ਗਈ ਸੋ ਆਈ ਫੀਲ ਇੱਕ ਦੂਜੇ ਦੀ ਬਾਂਹ ਫੜ ਕੇ ਹੀ ਅੱਗੇ ਵੱਧ ਸਕਦੇ ਹਾਂ ਜੀ ਆਪਾਂ
क्योंकि तुसी यारी दे उत्ते फिल्म बनाई आ और हकीकत दे विच जे विच यारी ना होवे दिल दे विच फिर वह गल नहीं बनती हैगी जी है ना हकीकत दे विच भी हैगी है तो इंशाला फिल्म दे विच भी आपां वेखांगे थैंक यू असीं लड़े भी बहुत हां सारे पर मतलब यारी मेंटेन है बहुत चंगी गल थैंक यू जी वीरे तुसी कुछ गोल्ड बॉय गाना ही सुना दो भी सारे नू हना गल्लां बहुत हो गईयां मैं कहां माड़ा जिहा गाना सुना हौले हौले गाना सुनिया जी साडी फिल्म दा जी गोल्ड बॉय वीरे ने म्यूजिक भी किया ते गाया भी वीरे ने नवी वीरे ने गाना लिखिया जी साडे नाल बैठे ने जी ते विंदर नथू माजरा बाई भी इत्थे ही आ वीरे एक वारी तुसीं माड़ा जिहा हथ खड़ा करियो तो बाद टाइटल ट्रैक विंदर वीरे ने गाया जी ते मैं गोल्डी कहना पहला गा ला वह बाई ने ज्यादा वधिया गा देना लाइना पूछ रहे हैं ना मैनू पता होई इश्के च बैरी साड़ी गूंगी मोहब्बत बयां किवें करिए डूंगी मोहब्बत लबां दे ओले तुसी लफज लखो ले तुसी नजराना सुनिया तुसी अखियां ना बोले हौले 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 थैंक यू सो मच जी 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 वीरे जी वीरे अगे आ जाओ वीरे इधर ले आओ कुर्सी इधर ला लो आ जाओ आ जाओ आ जाओ हाँ जी वीरे थोड़े जिहा घुमाउणा पैणा हुण भाई दे फ्रेम चो आउट हो गया आपां तवाह दा वीरे इदां सी गुरजिंदर वीरे उहनां ने पोस्टर पाया सी तवाह दा मैं वीरे नूं फोन कीता मैं कहा वीरे भी तुहाडी फिल्म आ रही है मैं दो गाने वीरे नूं लिख के सुनाए वीरे ने मैनूं थोड़ी स्टोरी दसी तो मैं गाना भेजिया तो गाना फाइनल हो गया और वीरे उन्होंने परमेश वीरे ने डमिंग गाई है मैं बीमार से बहुत और मैंने लगता मैं सब तो माड़ा गाना गाया फिल्म का वो पर वीरे ने कहा भी वह सुर भी नहीं चेंज करना सुनोगे ना ध्यान उस काफ़ी सुर इदा देने जो लगे नहीं हुए पर वीरे उन्होंने उ म्यूजिक रखे उ फाइनल गाना रखे सो हाँ जी सुना दो फिर मैं कहानी सुना जी सोचो ना कि इश्क दे हथों हार गया प्यार करन दा वल ते मैनू आया नहीं किंज कहां के सुपने कोई तोड़ गया सुपना ते मैं आपे कोई सजाया नहीं दे माइल जाम किसनू सब इत्थे मेरा ही गुना बनदा ओ दिला उदों कहिंदा सीकी लेना बोल के ताही होना तेरा ते तबा बनदा दिला उदों कहिंदा सीकी लेना बोल के ताही होना तेरा ते तबा बनदा थैंक यू थैंक यू हाँ जी हाँ जी मैं तुहानूं कहानी दसदा होया कि जदों ना वीरे अपना कोई गल नहीं कोई गल नहीं कोई गल नहीं कुछ नहीं हुंदा यही जे कितें कलाकार ने बोलिया हुंदा ना तो क्लिप कट कट पाउणे सीगे मीडिया भी गलती कर सकदा ओ वी आर ऑल ह्यूमनस कोई गल नहीं भाजी हाँ बिल्कुल सुन गई कोई ना आपां सारे इक हां भाजी अस जदों ना विंदर वीरे ने गाना भेजा मैनू नहीं सी पता इन्होंने गाना लिख के बना के भेजा अपने गुरजिंदर वीरे नूं मैनू होर कहानी सुनाई सी इन्होंने एनीवेज जदों डम्मी आई ना जी मेरे कोले वीरे वीरा ना थोड़ा जिहा बीमार भी सी ते मैनू लगता जो मेरी अंडरसटैंडिंग है कोई गल नहीं हो गया होगा कोई गल नहीं भाजी कोई गल नहीं सो जदों डम्मी आई ना मेरे कोले उदों विंदर वीरे ने भी ऐ सोचा होना कि मे बी किसी होर ने गाना करना तुसी सिर्फ है ना तुसी कल्ला एक डम्मी बना के भेजी वह डम्मी च ना वीरे ऐ साह दी आवाज है हल्क तबीयत भी वीरे की खराब सी ते बंदा ना जदों डम्मी गाउंदा बिल्कुल केयर फ्री गाउंदा कि मैं सिर्फ लिरिक्स ही दसने ने अगले नूं है ना एफर्ट नहीं पाउंदा कॉन्शियसली नहीं गाउंदा
ਜਦੋਂ ਗਾਣਾ ਆਇਆ, ਗਾਣਾ ਇੰਨਾ ਪਰਫੈਕਟ ਸੀਗਾ ਸਿਚੁਏਸ਼ਨ ਦੇ ਉੱਤੇ, ਅਸੀਂ ਹਰ ਇੱਕ ਮੋਂਟਾਜ ਸੀਨ ਦੇ ਵਿੱਚ ਪਿੱਛੇ ਗਾਣਾ ਪਲੇ ਕਰਕੇ ਸ਼ੂਟ ਕਰਦੇ ਸੀਗੇ। ਅਤੇ ਰੌਕੀ ਦੇ ਵਿੱਚ ਨਾ ਮੈਂ ਪ੍ਰੀਤ ਦੇ ਕੈਰੈਕਟਰ ਨੂੰ ਦਿਲਾ ਕਹਿ ਕੇ ਬੁਲਾਉਂਦਾ ਸੀ, ਅਤੇ ਜਦੋਂ ਦਿਲਾ ਤੋਂ ਹੀ ਉਹ ਦਿਲਾ ਵਰਡ ਵੀ ਆਇਆ, ਅਤੇ ਇਹਦੇ ਵਿੱਚ ਪ੍ਰੀਤ ਇੱਕ ਤਰੀਕੇ ਨਾਲ ਰੌਕੀ ਦਾ ਵਿਜੂਅਲੀ ਧਿਆਨ ਰੱਖ ਰਿਹਾ ਸੀ, ਹੈ ਨਾ, ਉਹ ਐਲੀਮੈਂਟ ਜੁੜਿਆ, ਤਾਂ ਸਾਡੇ ਨਾ ਇਮੋਸ਼ਨਸ ਬਹੁਤ ਫਿਲਮ ਨੂੰ ਲੈ ਕੇ। ਹੁਣ ਜਦੋਂ ਗਾਣਾ ਰਿਲੀਜ਼ ਕਰਨ ਦੀ ਵਾਰੀ ਆਈ, ਜਦੋਂ ਅਸੀਂ ਡਿਸਾਈਡ ਕੀਤਾ ਕਿ ਅਸੀਂ ਵੀਰੇ ਦੀ ਵੋਕਲ ਦੇ ਵਿੱਚ ਹੀ ਗਾਣਾ ਰੱਖਾਂਗੇ, ਕਿਉਂਕਿ ਕੋਈ ਹੋਰ ਸਿੰਗਰ ਵੀਰੇ ਵਾਲੇ ਇਮੋਸ਼ਨਸ ਨਾਲ ਨਹੀਂ ਗਾ ਸਕੂਗਾ ਜੋ ਸਾਨੂੰ ਲੱਗਿਆ। ਅਤੇ ਉਹ ਮੈਂ ਬਹੁਤ ਸੀਨੀਅਰ ਆਰਟਿਸਟ ਨੂੰ ਰਿਕੁਐਸਟ ਵੀ ਕੀਤੀ, ਉਹਨਾਂ ਨੇ ਗਾਇਆ ਵੀ ਗਾਣਾ, ਪਰ ਉਹਦਾ ਐਸੈਂਸ ਸੀ ਜਿਹੜਾ ਉਹ ਚੇਂਜ ਨਹੀਂ ਹੋ ਸਕਿਆ। ਪਰ ਜਦੋਂ ਮਿਕਸ ਮਾਸਟਰ ਹੋ ਕੇ ਆਇਆ ਤਾਂ ਉਹ ਵੀਰੇ ਨੇ ਰੀਡਬ ਕੀਤਾ, ਕੌਨਸ਼ੀਅਸਲੀ ਕੀਤਾ, ਉਹਦੀ ਵੋਕਲ ਬਿਲਕੁਲ ਕਲੀਨ ਹੋ ਗਈ, ਕ੍ਰਿਸਪ ਹੋ ਗਈ, ਅਤੇ ਉਹ ਇਮੋਸ਼ਨ ਚਲਾ ਗਿਆ ਸਾਰਾ। ਅਤੇ ਮੈਂ ਵੀਰੇ ਨੂੰ ਕਿਹਾ, ਮੈਂ ਕਿਹਾ ਵੀਰੇ ਜਿਹੜੀ ਡੰਮੀ ਆ ਨਾ ਤੁਸੀਂ ਡੰਮੀ ਮਿਕਸ ਮਾਸਟਰ ਕਰਕੇ ਦੇ ਦਿਓ, ਸਾਹ ਵੀ ਕਲੀਨ ਨਹੀਂ ਕਰਨਾ ਹੈਗਾ, ਕਿਹੜੀ ਵੋਕਲਸ ਦੇ ਵਿੱਚ ਜਿਹੜੇ ਸਾਹ ਨੇ ਉਹ ਕਲੀਨ ਨਾ ਕਰਿਓ ਤੁਸੀਂ। ਬਾਈ ਨੇ ਮੈਨੂੰ ਫੋਨ ਕੀਤਾ, ਕਹਿੰਦੇ ਯਾਰ ਨਾ ਜ਼ਿੰਦਗੀ ਵਿੱਚ ਹਨੇਰੇ ਨੇ ਵਾਲੀ ਲਾਈਨ 'ਤੇ ਵੀਰਾ, ਕਹਿੰਦਾ ਉੱਧਰ ਨਾ ਯਾਰ ਸੁਰ ਟੁੱਟਿਆ ਹੋਇਆ ਮੇਰਾ, ਕਿ ਉਹ ਇੰਨੀ ਕੁ ਲਾਈਨ ਮੈਨੂੰ ਰੀਡਬ ਕਰ ਲੈਣ ਦਿਓ। ਮੈਂ ਕਿਹਾ ਵੀਰੇ ਅੰਬਰ ਵੀ ਨਾ ਐਂ ਟੁੱਟਿਆ ਹੋਇਆ, ਅੰਬਰ ਵੀ ਐਵੇਂ ਫਲੋਡ ਹੈ, ਤਾਂ ਗਾਣਾ ਵੀ ਉੱਥੇ ਓਨਾ ਹੀ ਫਲੋਡ ਹੈ, ਫਿਲਮ ਵੀ ਓਨੀ ਫਲੋਡ ਹੈ, ਕਿਉਂਕਿ ਲਾਈਫ ਓਨੀ ਫਲੋਡ ਹੈ। ਮੈਂ ਚਾਹੁੰਦਾ ਸੀ ਇੱਕ ਰੀਅਲ ਇਮੋਸ਼ਨ ਹੋਵੇ, ਤਾਂ ਜੇ ਤੁਸੀਂ ਉਹਨੂੰ ਗਾਣੇ ਨੂੰ ਦੇਖੋਗੇ ਨਾ, ਤੁਸੀਂ ਹੁਣ ਵੀ ਜੇ ਹੈੱਡਫੋਨਸ ਲਾ ਕੇ ਗਾਣੇ ਨੂੰ ਸੁਣੋਗੇ, ਸਪੈਸ਼ਲੀ ਜਦੋਂ ਫਿਲਮ ਚੱਲਦੀ ਹੈ ਤਾਂ ਉਹ ਗਾਣੇ ਵਿੱਚ ਬ੍ਰੇਕਸ ਨੇ, ਸੀਨਸ ਨੇ, ਤਾਂ ਜਦੋਂ ਤਬਾਹ ਫਿਲਮ ਦੇ ਵਿੱਚ ਚੱਲਦਾ, ਉਹ ਐਂ ਲੱਗੂ ਕਿ ਕੋਈ ਤੁਹਾਡੇ ਕੋਲ ਬੈਠਾ ਤੁਹਾਨੂੰ ਗਾਣਾ ਸੁਣਾ ਰਿਹਾ, ਲਾਈਕ ਯੂ ਵਿਲ ਫੀਲ ਲਾਈਕ ਯੂ ਆਰ ਇਨ ਦੈਟ ਟ੍ਰੈਜਡੀ ਵਿਦ ਅੰਬਰ। ਸੋ ਹੁਣ ਕਾਲ ਓਬਵੀਅਸਲੀ ਇਹ ਵੱਡੀ ਹੈ, ਹੈ ਨਾ, ਇੱਕ ਗਾਣੇ ਨੂੰ ਤੁਸੀਂ ਫਿਲਮ 'ਚ ਰੱਖ ਲੈਣਾ ਜਿਹੜਾ ਟੈਕਨੀਕਲੀ ਫਲੋਡ ਹੈ, ਪਰ ਉਹ ਫਿਲਮ ਬਣਾਉਣਾ ਵੀ ਤਾਂ ਉੱਡਾ ਵੱਡਾ ਹੀ ਰਿਸਕ ਸੀਗਾ, ਸੋ ਆਈ ਟੁੱਕ ਦੈਟ ਰਿਸਕ। ਹਾਂਜੀ, ਉਹ ਜਿੰਨੇ ਕੁ ਵੀਰਾ ਸੁਰ ਲਾ ਗਿਆ ਬਿਮਾਰੀ 'ਚ, ਉਹਨੇ ਅਸੀਂ ਚੰਗੇ ਭਲੇ ਨਹੀਂ ਲਾਉਂਦੇ। ਥੈਂਕ ਯੂ ਜੀ। ਭਾਜੀ ਤੁਸੀਂ ਪੁੱਛ ਲਓ ਸਵਾਲ, ਤੁਹਾਨੂੰ ਉਹ ਸਵਾਲ ਤੋਂ ਜੇ ਸੈਟਿਸਫੈਕਸ਼ਨ ਨਹੀਂ ਹੈ ਮੋਸਟਲੀ ਕੋਈ ਯਾਦ ਕੋਈ ਇਸ ਤਰ੍ਹਾਂ ਦੀ ਫਿਲਮ ਨਾਲ ਜੁੜੀ, ਖਾਸ ਕਰਕੇ ਜਿਹੜੀ ਤੁਹਾਨੂੰ ਹਮੇਸ਼ਾ ਤੁਸੀਂ ਇੰਜੋਏ ਕਰਦੇ ਹੋ, ਫੀਲ ਕਰਦੇ ਹੋ, ਕਿਉਂਕਿ ਧੀਰਜ ਬਾਈ ਤੁਹਾਡੇ ਨਾਲ ਰਹੇ ਫਿਲਮ ਦੇ ਵਿੱਚ, ਸਾਰਾ ਪਾਸੇ ਕਰੀਬ ਨਾਲ ਹੁੰਦਾ, ਪਰ ਐਜ਼ ਏ ਦੋਸਤ ਤੁਸੀਂ ਇਹਨਾਂ ਦੇ ਨਾਲ ਰਹੇ ਜ਼ਿਆਦਾ, ਕੋਈ ਐਸੀ ਮਿੱਠੀ ਯਾਦ ਜਿਹੜੀ ਦੋਨਾਂ ਦੇ ਵਿੱਚ ਹੋਈ ਹੋਵੇ, ਮਤਲਬ ਕਿਸੇ ਹੋਰ ਨੂੰ ਨਾ ਪਤਾ ਹੋਵੇ ਸ਼ੂਟਿੰਗ 'ਤੇ, ਨੇੜੇ ਤੇੜੇ ਜੇ ਰਹੀ ਹੋਵੇ ਗੱਲ ਤੁਹਾਡੀ ਵੀ ਨਹੀਂ ਯਾਰ। ਚਾਰ ਕੁ ਜਾਣੇ ਸੀ ਜਦੋਂ ਅਸੀਂ ਲੜੇ ਸੀਗੇ, ਚਾਰ ਕੁ ਜਾਣੇ ਸੀਗੇ ਵੀਰੇ ਨਾਲ ਵੀ, ਜਿੱਦਣ ਜੀ ਉਹ ਸ਼ਾਰਟ ਦੇਣਾ ਸੀ ਨਾ ਜੀ ਆਪਣਾ ਬੋਡੀ ਵਾਲਾ, ਅਤੇ ਉਦੋਂ ਗਰਮੀਆਂ ਦਾ ਟਾਈਮ, ਅਤੇ ਉਦੋਂ ਤਾਂ ਬੰਦਾ ਸਿਕਸ ਪੈਕ ਦਿਖਾਉਣ ਦੇ ਚੱਕਰ 'ਚ ਬੰਦਾ, ਹੈ ਨਾ, ਪੂਰਾ ਜਿੰਮ ਜੁੰਮ ਲਾ ਰਿਹਾ ਹੁੰਦਾ, ਪਰ ਉਦੋਂ ਪਾਣੀ ਪੂਣੀ ਵੀ ਛੱਡਿਆ ਹੋਇਆ ਸੀਗਾ, ਗਰਮੀਆਂ ਦਾ ਟਾਈਮ ਸੀ, ਅਤੇ ਇਸ਼ਾਨ ਨੂੰ ਮੈਂ ਕਹਿ ਰਿਹਾ ਸੀ ਸ਼ਾਰਟ ਲੈ ਲਓ, ਛੇਤੀ ਕਰ ਲਓ, ਛੇਤੀ ਕਰ ਲਓ, ਕਹਿੰਦੇ ਧੀਰਜ ਹੋਣੀ ਨਹੀਂ ਆਏ, ਜਿਵੇਂ ਅੱਜ ਵੀ ਲੇਟ ਆਏ ਨੇ ਥੋੜ੍ਹੇ ਜਿਹੇ, ਅਤੇ ਧੀਰਜ ਹੋਣੀ ਫਰੂਟ ਖਾ ਰਹੇ ਵੈਨਿਟੀ 'ਚ ਬੈਠੇ, ਮੈਂ ਉੱਥੇ ਭੁੱਖਾ ਸਵੇਰ ਦਾ, ਮੈਂ ਭੁੱਖਾ ਸਵੇਰ ਦਾ, ਮੈਂ ਜਾ ਕੇ ਲੜ ਪਿਆ ਇਹਨਾਂ ਨਾਲ, ਯਾਰ ਪਹਿਲਾਂ ਸੀਨ ਦੇ ਦਵਾਓ ਦਾ। ਅਤੇ ਪਰ ਭਾਜੀ ਜਿਹੜੀ ਰਿਐਲਿਟੀ ਹੈ ਨਾ ਜੀ, ਉਹ ਇਹ ਹੈ ਕਿ ਅਸੀਂ ਬਹੁਤ ਅੱਛੇ ਦੋਸਤ ਹਾਂ, ਪਰ ਜ਼ਿੰਦਗੀ 'ਚ ਮੈਂ ਵੀ ਬਹੁਤ ਬਿਜ਼ੀ ਰਹਿਣਾ, ਵੀਰਾ ਵੀ ਬਹੁਤ ਬਿਜ਼ੀ ਰਹਿੰਦਾ। ਜਦੋਂ ਅਸੀਂ ਸ਼ੂਟ ਕੀਤਾ ਨਾ, ਸਪੈਸ਼ਲੀ ਜਿਹੜਾ ਉਹਦਾ ਮੋਟੇ ਹੋਣ ਵਾਲਾ ਸ਼ਡਿਊਲ ਹੈ, ਜਿਹੜਾ ਪਹਿਲਾ ਸ਼ਡਿਊਲ ਸੀ ਆਪਣਾ 10-15 ਦਿਨ ਦਾ, ਉਹਦੇ ਵਿੱਚ ਭਾਜੀ ਦਿਨ ਰਾਤ ਅਸੀਂ ਨਾ ਇਕੱਠੇ ਰਹਿੰਦੇ ਸੀ, ਆ ਕੇ ਬ੍ਰੇਕਫਾਸਟ ਵੀ ਇਕੱਠੇ ਕਰਨਾ, ਰਾਤ ਤੱਕ ਸ਼ੂਟ ਕਰਨਾ, ਕਿਉਂਕਿ ਘਰ ਦੇ ਬੰਦੇ ਸੀ, ਆਪਦੀ ਪ੍ਰੋਡਕਸ਼ਨ ਸੀ, ਸ਼ਿਫਟ ਵੀ ਵੱਧ ਲਾ ਲੈਂਦੇ ਸੀਗੇ ਅਸੀਂ। ਅਤੇ ਉਹ ਜਿਹੜੇ 10 ਦਿਨ ਇਕੱਠੇ ਰਹੇ ਨਾ, ਜਿਵੇਂ ਹੋਸਟਲ 'ਚ ਨਹੀਂ ਆਪਾਂ ਇਕੱਠੇ ਰਹਿੰਦੇ ਹੁੰਦੇ ਆਪਣੇ ਦੋਸਤਾਂ ਦੇ ਨਾਲ ਕਾਲਜ ਯੂਨੀਵਰਸਿਟੀ ਦੇ ਵਿੱਚ, ਉਹ ਲਾਈਫ ਹੋ ਗਈ ਸੀ। ਜਿੰਨੀ ਦੇਰ ਇਸ਼ਾਨ ਉਹ ਰਿਲਾਈਟਿੰਗ ਕਰਦੇ ਸੀ, ਅਸੀਂ ਮੈਗੀ ਬਣਾ ਲੈਣੀ, ਉਸੇ ਫਲੈਟ ਦੇ ਵਿੱਚ ਹੀ ਰਹਿੰਦੇ ਸੀ ਅਸੀਂ, ਅਸੀਂ ਹਾਡੀ ਵੀਰੇ ਦੇ ਫਲੈਟ ਦੇ ਵਿੱਚ ਹੀ ਸੈੱਟ ਲਾਇਆ ਸੀ ਆਪਦਾ, ਸੋ ਉਹਨੂੰ ਹੀ ਪੇਂਟ ਕਰਾਇਆ ਸੀ, ਹੈ ਨਾ। ਅਤੇ ਬੜੇ ਸੀਨ 'ਚ ਕੱਪੜੇ ਵੀ ਧੀਰਜ ਨੇ ਹਾਡੀ ਵੀਰੇ ਵਾਲੀ ਸੂਟ ਸਾਟ ਪਾਏ ਹੋਏ ਨੇ। ਸੋ ਉਹ ਜਿਹੜਾ ਰੀਲਿਵ ਕਰਨ ਦਾ ਮੌਕਾ ਮਿਲਿਆ ਨਾ ਜੀ ਆਪਣੇ ਦੋਸਤਾਂ ਨਾਲ, ਉਹ ਬੜਾ ਖੂਬਸੂਰਤ ਟਾਈਮ ਸੀਗਾ ਜੀ। ਤੁਸੀਂ ਜੇ ਤੁਹਾਡੀ ਕੋਈ ਡਿਫਰੈਂਟ ਹੈਗੀ ਯਾਦ ਤਾਂ ਤੁਸੀਂ ਵੀ ਸ਼ੇਅਰ ਕਰੋ। ਇਸ਼ਾਨ ਜੀ, ਜਿਵੇਂ ਪਰਮੀਸ਼ ਨੇ ਪਹਿਲਾਂ ਦੱਸਿਆ ਵੀ ਅਸੀਂ ਮਤਲਬ ਬਚਪਨ ਤੋਂ ਹੀ ਇਕੱਠੇ ਹਾਂ, ਅਤੇ ਨਾ ਜਦੋਂ ਅਸੀਂ ਮਿਊਜ਼ਿਕ ਵੀਡੀਓਜ਼ ਕਰਨੇ ਸ਼ੁਰੂ ਕੀਤੇ, ਜਿਵੇਂ
ਜਦੋਂ ਪੈਸੇ ਨਹੀਂ ਹੁੰਦੇ ਤੁਹਾਡੇ ਕੋਲ ਤਾਂ ਤੁਸੀਂ ਐਕਸਪੈਰੀਮੈਂਟਲ ਹੋ ਜਾਂਦੇ ਹੋ ਬਹੁਤ ਜ਼ਿਆਦਾ। ਮਤਲਬ ਕੁਛ ਵੀ ਕਰਾਂਗੇ ਕਿਹੜਾ ਕੋਈ ਕਿਸੇ ਨੂੰ ਆਪਾਂ ਆਨਸਰੇਬਲ ਆਉਂਦੇ। ਪਰ ਤੈਨੂੰ ਯਾਦ ਹੋਣਾ ਇੱਕ ਮਿਊਜ਼ਿਕ ਵੀਡੀਓ ਕਰ ਰਹੇ ਸੀ ਅਸੀਂ, ਉਦੋਂ ਨਾ ਕੈਮਰਾ ਆਇਆ ਸੀ ਸੋਨੀ FX 700 ਐਂਡ ਦੈਟ ਵਾਜ਼ ਦਾ ਓਨਲੀ ਕੈਮਰਾ ਉਦੋਂ ਜਿਹੜਾ ਹਾਈ ਸਪੀਡ ਰਿਕਾਰਡ ਕਰਦਾ ਹੁੰਦਾ ਸੀ। ਅਤੇ ਉਹਦੇ 'ਚ ਅਸੀਂ ਇੱਕ ਸ਼ਾਟ ਲਿਆ ਸੀ, ਪਰਮੀਸ਼ ਸ਼ਾਵਰ ਥੱਲੇ ਖੜਾ, ਸ਼ਾਰ ਚੱਲ ਰਿਹਾ ਅਤੇ 900 ਫਰੇਮਸ 'ਤੇ ਆਪਾਂ ਉਹ ਸ਼ਾਟ ਲਿਆ। ਪੂਰੇ ਗਾਣੇ 'ਚ ਉਹਦਾ ਕੋਈ ਮਤਲਬ ਨਹੀਂ ਸੀ ਸ਼ਾਟ ਦਾ, ਕੋਈ ਉਹਨੂੰ ਮਤਲਬ ਐ ਨਹੀਂ ਸੀ ਕੋਈ ਜਸਟੀਫਾਈ ਕਰ ਰਿਹਾ ਸੀਗਾ ਵੀ 900 ਫਰੇਮ 'ਤੇ, ਇਕੱਲਾ ਇਕੱਲਾ ਡਰੋਪ ਉਹਦਾ ਪੈ ਰਿਹਾ ਸੀ। ਪਲੇਬੈਕ ਦੇਖਿਆ, ਬੜਾ ਮਜ਼ਾ ਆਇਆ। ਹੁਣ ਰਾਤੀ ਅਸੀਂ ਗੱਡੀ 'ਚ ਆ ਰਹੇ ਸੀ ਅਤੇ ਰਾਜਪੁਰਾ ਰੋਡ 'ਤੇ ਇੱਕ ਢਾਬਾ ਸੀਗਾ, ਅਸੀਂ ਗੱਡੀ ਲਾਈ ਚੰਡੀਗੜ੍ਹੋਂ ਰਾਜਪੁਰੇ ਤੱਕ, ਕੋਈ ਗੱਲ ਨਹੀਂ ਕੀਤੀ, ਜਿਵੇਂ ਗੱਡੀ 'ਚ ਉੱਤਰ ਕੇ ਬੈਠੇ ਅਸੀਂ ਬਹੁਤ ਉੱਚੀ ਉੱਚੀ ਹੱਸੇ ਦੋਵੇਂ ਵੀ ਕੀ ਕਰਕੇ ਆਏ ਆਪਾਂ 900 ਫਰੇਮ ਦਾ ਸ਼ਾਟ। ਮਤਲਬ ਕੋਈ ਮਤਲਬ ਹੀ ਨਹੀਂ ਸੀ ਉਸ ਸ਼ਾਟ ਦਾ ਵੀ ਆਪਾਂ ਆਪਣੇ ਕੀੜੇ ਕੱਢੇ। ਹੁਣ ਜਦੋਂ ਤਬਾਹ ਲਈ ਅਸੀਂ ਮਿਲੇ ਤਾਂ ਇਹਨੇ ਮੈਨੂੰ ਦੱਸਿਆ ਵੀ ਮੈਂ ਇੱਦਾਂ ਦੀ ਫਿਲਮ ਕਰ ਰਿਹਾ। ਜਿਹੜੀ ਸਭ ਤੋਂ ਕਮਾਲ ਦੀ ਗੱਲ ਤੁਸੀਂ ਫਿਲਮ 'ਚ ਦੇਖੋਗੇ, ਮਤਲਬ ਪ੍ਰੈਜੈਂਟ ਅਤੇ ਪਾਸਟ ਜਿਹੜਾ ਉਹ ਅਸੀਂ ਸਪੈਸੀਫਿਕਲੀ ਉੱਦਾਂ ਦੇ ਜ਼ੋਨ, ਉੱਦਾਂ ਦੇ ਮੌਸਮ, ਉੱਦਾਂ ਦੇ ਕਲਰਸ ਨਾਲ ਸ਼ੂਟ ਕੀਤਾ ਹੈ। ਜਿਹੜਾ ਕਿ ਪ੍ਰੈਜੈਂਟ ਹੈ ਉਹ ਅਸੀਂ ਵਿੰਟਰਸ 'ਚ ਸ਼ੂਟ ਕੀਤਾ, ਦਸੰਬਰ ਜਨਵਰੀ, ਤਾਂ ਕਿ ਜਿਹੜੇ ਡਿਪਰੈਸਿੰਗ ਬਲੂਜ਼ ਨੇ ਜਾਂ ਅੱਜ ਬਾਹਰ ਵੀ ਜਦੋਂ ਆਪਾਂ ਟਰੈਵਲ ਕਰਦੇ ਹਾਂ ਕੋਈ ਸ਼ਾਟ ਲਈਏ, ਚਾਹੇ ਉਹਨੂੰ ਫੋਗ ਡੋਮੀਨੇਟ ਕਰ ਰਹੀ ਹੈ ਜਾਂ ਕੁਛ ਵੀ ਇੱਦਾਂ ਦੀ ਚੀਜ਼ ਜਿਹਦੇ ਨਾਲ ਬੰਦੇ ਦਾ ਜੋ ਮੈਂਟਲ ਜੋ ਸਟੇਟ ਆ ਉਹ ਡਿਪਿਕਟ ਹੋਵੇ। ਮਤਲਬ ਬਹੁਤ ਸਾਰੇ ਮਰੂਨਸ, ਇੱਕ ਸ਼ਾਟ ਹੈ ਡਾਇਨਿੰਗ ਟੇਬਲ 'ਤੇ, ਉਹ ਟ੍ਰੇਲਰ 'ਚ ਵੀ ਆਇਆ ਜਦੋਂ ਸਮੋਕ ਕਰ ਰਿਹਾ ਅਤੇ ਮਰੂਨ ਸਵੈਟਰ ਹੈ ਪਿੱਛੇ ਗ੍ਰੇ। ਹਾਰਡੀ ਵੀਰ ਨੇ ਕਿਹਾ ਮੈਂ ਪੇਂਟ ਨਹੀਂ ਕਰਾਉਣ ਦੇਣਾ, ਬਟ ਫਿਰ ਜਦੋਂ ਚੀਜ਼ਾਂ ਆਈਆਂ ਔਨ ਸਕਰੀਨ ਅਤੇ ਦੇ ਲੁੱਕਡ ਅਮੇਜ਼ਿੰਗ। ਅਤੇ ਜਿਹੜੀ ਪ੍ਰੈਜੈਂਟ ਸੀ, ਜਿਹੜੀ ਪਾਸ ਸੀਗਾ ਜਿਹੜਾ, ਉਹ ਅਸੀਂ ਲਿਟਰਲੀ ਗਰਮੀਆਂ 'ਚ ਸ਼ੂਟ ਕੀਤਾ ਵਿਦ ਵੈਰੀ ਵਾਈਬ੍ਰੈਂਟ ਕਲਰਸ ਐਂਡ ਉਹਦੀ ਲੈਂਸਿੰਗ, ਉਹਦੀ ਕੰਪੋਜੀਸ਼ਨ ਅਤੇ ਪ੍ਰੈਜੈਂਟ ਦੀ ਲੈਂਸਿੰਗ ਕੰਪੋਜੀਸ਼ਨ ਬਹੁਤ ਚੇਂਜਡ ਹੈ। ਅਤੇ ਆਈ ਐਮ ਸ਼ੋਰ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਬਹੁਤ ਅਪੀਲ ਕਰੂਗੀ। ਇਹ ਗੱਲ ਮੈਂ ਤਾਂ ਦੱਸੀ ਹੈ ਵੀ ਬਿਲਕੁਲ ਬੇਦੁਗੀ ਜੀ ਗੱਲ ਤੋਂ, ਜਿੱਥੋਂ 900 ਫਰੇਮ ਤੋਂ ਅਤੇ ਇੰਨੀ ਸਪੈਸੀਫਿਕਲੀ ਫਿਲਮ ਮੇਕਿੰਗ 'ਚ ਆਉਣਾ ਵੀ ਆਪਾਂ ਪਾਸਟ ਇੱਦਾਂ ਸ਼ੂਟ ਕਰਨਾ, ਪ੍ਰੈਜੈਂਟ ਇੱਦਾਂ ਸ਼ੂਟ ਕਰਨਾ, ਮੈਨੂੰ ਲੱਗਦਾ ਜਿੱਦਾਂ ਕੰਸੀਵ ਕੀਤਾ ਵੀਰੇ ਨੇ, ਜਿੱਦਾਂ ਲਿਖਿਆ, ਅਤੇ ਪਰਮੀਸ਼ ਨੇ ਸੋਹਣੀ ਫਰੀਡਮ ਦਿੱਤੀ ਉਹ ਚੀਜ਼ ਨੂੰ ਕੈਪਚਰ ਕਰਨ ਦੀ। ਆਈ ਐਮ ਸ਼ੋਰ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ। ਹੈਟਸ ਆਫ ਫੋਰ, ਲਵ ਯੂ। ਕਿ ਜਿਹੜਾ DOP ਹੈ ਨਾ ਉਹ ਮੇਰਾ ਹੋਵੇ, ਮੈਂ ਕਿਉਂਕਿ ਮੌਕਾ ਬਹੁਤ ਮੁਸ਼ਕਿਲ ਨਾਲ ਮਿਲਦਾ ਨਾ ਬੰਦੇ ਨੂੰ, ਅਤੇ ਮੈਨੂੰ ਇਹ ਵੀ ਮੌਕਾ ਮਿਲਿਆ, ਬੰਦਾ ਕਹਿ ਰਿਹਾ 70% ਤੇਰੀ ਮੰਨਾਂਗੇ, ਅਤੇ ਮੈਂ ਕਿਹਾ DOP ਉਹ ਹੋਵੇ ਜਿਹੜਾ ਬਾਅਦ 'ਚ ਨਾਲ ਵੀ ਖੜੇ, ਵੀ ਮੈਂ ਕਹਾਂ, ਮੈਂ ਉਹਨੂੰ ਕਹਾਂ ਵੀ ਸ਼ਾਰਟ ਵੀਰੇ ਆਹ ਕਲਰ ਪੈਲਟ ਆਹ ਚੀਜ਼ਾਂ, ਵੀ ਜੇ ਕਿਤੇ ਪਰਮੀ ਛੱਡਦਾ ਵੀ ਤਾਂ ਤੂੰ ਮੇਰੇ ਨਾਲ ਤੇ ਹੋਏਗਾ। ਬਾਈ ਨੇ ਕਰ ਲਿਆ, ਕਹਿੰਦੇ ਵੀ ਮੈਨੂੰ, ਕਹਿੰਦੇ ਬਹੁਤ ਵਧੀਆ DOP ਹੈ। ਮੈਂ ਕਿਹਾ ਬੰਦਾ ਇਹਦਾ ਆਪਣਾ ਆ ਗਿਆ, ਪਰਮੀਸ਼ ਦਾ ਕੰਮ ਖਰਾਬ ਨਹੀਂ। ਉਸ ਤੋਂ ਪਹਿਲੀ ਗੱਲ ਦੱਸ ਨਾ, ਪੂਰਾ ਇਹ ਪੂਰਾ ਮਾਹੌਲ ਬਣਾ ਕੇ ਰਾਤ ਨੂੰ ਕਹਿੰਦਾ ਬਹੁਤ ਜ਼ਰੂਰੀ ਗੱਲ ਕਰ ਦਿੰਦਾ, ਦੱਸ ਕੇ ਘਰੇ ਹੀ ਉਹ ਕਹਿੰਦਾ, ਮੈਂ ਕਿਹਾ ਹਾਂ ਮੈਂ ਘਰੇ ਆ ਜਾਣਾ, ਇਹ ਪੂਰਾ ਜ਼ੋਰ ਲਾ ਕੇ ਆਇਆ ਕਿ DOP ਮੇਰਾ ਲੈ ਲਿਓ। ਜਦੋਂ ਗਿਆ ਇਸ਼ਾਨ ਨਾਲ ਗੱਲ ਕਰਕੇ, ਓਕੇ ਭਾਅ ਜੀ ਕਹਿੰਦਾ। ਜਦੋਂ ਇਸ਼ਾਨ ਬਾਈ ਆਏ ਨਾ ਪਹਿਲੀ, ਮਤਲਬ ਮੈਨੂੰ ਇੰਨੀ ਪਤਾ ਨਹੀਂ, ਜਦੋਂ ਆਏ ਤੇ ਇਹਨਾਂ ਨੇ ਆ ਕੇ ਮੇਰੇ ਨਾਲ ਮੀਟਿੰਗ ਕੀਤੀ, ਜਦੋਂ ਪਹਿਲੇ ਦਿਨ ਆਏ ਤੇ ਮੈਂ ਇਹਨਾਂ ਨੂੰ ਇੱਦਾਂ ਦੇਖ ਰਿਹਾ ਵੀ ਗਲਤ ਬੰਦਾ ਆ ਗਿਆ। ਇਹ ਮੈਨੂੰ ਕਹਿ ਰਿਹਾ ਵੀ ਇਹ ਇਸ਼ਾਨ ਮੇਰਾ ਦੋਸਤ ਹੈ, ਗੁਰਜਿੰਦ ਹੈ। ਨਹੀਂ ਦੇਖ, ਜੇ ਤੈਨੂੰ ਲੱਗਦਾ ਸੀ ਕਿ ਮੌਕਾ ਘੱਟ ਮਿਲਦਾ ਮੈਂ ਆਪਦਾ DOP ਲੈ ਕੇ ਆਵਾਂ, ਮੈਂ ਵੀ ਤਾਂ ਮੌਕਾ ਹੀ ਲਾ ਰਿਹਾ ਸੀ, ਮੈਂ ਵੀ ਤਾਂ ਆਪਦਾ ਹੀ ਬੰਦਾ ਲੈ ਕੇ ਆ ਰਿਹਾ ਸੀ। ਪਰ ਉਸ ਮੌਕੇ 'ਚ ਮੈਨੂੰ ਇੱਕ ਚੰਗਾ ਦੋਸਤ ਮਿਲਿਆ, ਅਤੇ ਅਸੀਂ ਦੋ ਫਿਲਮਾਂ ਹੁਣੇ ਇਕੱਠੀਆਂ ਕੀਤੀਆਂ, ਕਣਕਾਂ ਦੇ ਓਲੇ ਅਤੇ ਬੀਬੀ ਰਾਣੀ ਮੇਰੀ ਬੇਬੇ, ਤੀਸਰੀ ਅਸੀਂ ਕਰਨ ਜਾ ਰਹੇ ਹਾਂ। ਬਹੁਤ ਬਹੁਤ ਕਮਾਲ ਦੇ DOP ਨੇ, ਬਹੁਤ ਹੀ ਕਮਾਲ ਦੇ, ਅਤੇ ਉਸ ਚੀਜ਼ 'ਚੋਂ ਮੈਨੂੰ ਇੱਕ ਚੰਗਾ ਦੋਸਤ ਵੀ ਮਿਲਿਆ, ਅਤੇ ਥੈਂਕ ਯੂ ਪਰਮੀਸ਼ ਬਾਈ ਨੂੰ ਜਾਂਦਾ ਕਿ ਉਹਨਾਂ ਨੇ ਚੰਗਾ ਬੰਦਾ ਮਿਲਾਇਆ ਮੈਨੂੰ। ਨਹੀਂ ਨਹੀਂ, ਤੁਹਾਨੂੰ ਸੀ ਕਿ ਮੌਕਾ ਮੇਰਾ ਬੰਦਾ ਨਹੀਂ ਆਇਆ, ਮੈਂ ਮੌਕਾ ਆਪਦਾ ਕਰ ਲਾਂ। ਥੈਂਕ ਯੂ ਜੀ। ਪਹਿਲੇ ਤਾਂ ਗੁੱਡ ਈਵਨਿੰਗ ਜੀ ਸਾਰਿਆਂ ਨੂੰ। ਤਬਾਹ ਯਾਰ, ਬਿਕੋਜ਼ ਤਬਾਹ ਪਰਮੀਸ਼ ਦੀ ਫਿਲਮ ਹੈ ਅਤੇ ਫਾਰ ਸ਼ੋਰ ਮੇਰੇ ਲਈ ਉਹ ਬਹੁਤ ਸਪੈਸ਼ਲ ਫਿਲਮ ਹੈ, ਹੈ ਨਾ। ਸੋ ਅਸੀਂ ਸਾਰੇ ਫਿਲਮ ਅੱਜ ਤੱਕ ਫਰੋਮ ਇਜ਼ ਫਸਟ ਫਿਲਮ ਟੂ ਇਜ਼ ਦਿਸ ਅਪਕਮਿੰਗ ਫਿਲਮ, ਸਾਰੀਆਂ ਫਿਲਮ ਇਕੱਠੇ ਕੀਤੀਆਂ ਨੇ, ਔਰ ਬੇਸਿਕਲੀ ਸਾਰੀ ਟੀਮ ਮਤਲਬ ਇੰਨੀ ਐਨਰਜੈਟਿਕ ਟੀਮ ਹੈ। ਫਿਲਮ ਮੈਨੂੰ ਲੱਗਦਾ ਕਿ ਜਦੋਂ ਆਪਾਂ ਸਾਰੇ ਆਡੀਅੰਸ 'ਚ ਬੈਠ ਕੇ ਵੀ ਫਿਲਮ ਦੇਖਾਂਗੇ ਨਾ, ਤਾਂ ਪ੍ਰਾਊਡ ਫੀਲ ਹੋਏਗਾ ਹਰ ਬੰਦੇ ਨੂੰ, ਨੋਟ ਮੈਨੂੰ, ਹਰ ਬੰਦੇ ਨੂੰ ਜਿਹੜਾ ਵੀ ਇਹ ਫਿਲਮ ਦਾ ਪਾਰਟ ਹੈ। ਔਰ ਯੂ ਬੀਂਗ ਏ ਮੀਡੀਆ ਫਰਟਰਨਿਟੀ, ਜਦੋਂ ਤੁਸੀਂ ਇਸ ਫਿਲਮ ਦਾ ਰਿਵਿਊ ਵੀ ਕਰੋਗੇ ਨਾ, ਤਾਂ ਤੁਹਾਨੂੰ ਪ੍ਰਾਊਡ ਫੀਲ ਹੋਏਗਾ ਕਿ ਯਾਰ ਅਸੀਂ ਉਸ ਪੰਜਾਬੀ ਫਿਲਮ ਦਾ ਰਿਵਿਊ ਕੀਤਾ ਜਿਹੜੀ ਸੱਚੀ ਬਹੁਤ ਸੋਹਣੀ ਫਿਲਮ ਹੈ। ਸੋ ਫਿਲਮ 18 ਅਕਤੂਬਰ ਨੂੰ ਵਰਲਡ ਵਾਈਡ ਲੱਗ ਜਾਣੀ ਹੈ। ਸੋ ਪਲੀਜ਼ ਤੁਸੀਂ ਆਪਣੀਆਂ ਫੈਮਿਲੀਜ਼ ਨਾਲ ਜਾਓ, ਆਪਾਂ ਸਾਰੇ ਇਕੱਠੇ ਫਿਲਮ ਵੀ ਦੇਖਾਂਗੇ ਇੱਕ ਵਾਰੀ। ਸੋ ਗੋ ਐਂਡ ਵਾਚ ਯੂਅਰ ਵਿਦ ਫੈਮਿਲੀਜ਼। ਸੋ ਬਹੁਤ ਕਮਾਲ ਫਿਲਮ ਹੈ, ਥੈਂਕ ਯੂ ਸੋ ਮਚ।
नहीं नहीं मैं मनीष भाजी का थैंक यू भी करना चाहता सी क्योंकि डेट आप चार बारी बदली है सो मैं भाजी ने डेट लॉक हो जाती सी तो मैं भाजी ने फोन कर भाजी छे महीने होर लगन गए सो भाजी थैंक यू सो मच आई वॉन्टेड टू थैंक यू हाँ जी मेरा एक्सपीरियंस तो पहला एक्सपीरियंस है पंजाबी मूवी का मैनू हाड़ी वीरे के थ्रू मैं गुरजिंद वीरे मिलया तो फिर ऑडिशन होया एक इन्होंने मेरा प्रीवियस ऑडिशन देखा उदू बाद फिर अपनी जर्नी स्टार्ट हुई मैं बहुत चंगा लग्या बहुत ही मेहनती लोग है सारे ठीक है परमीश वीरा आपू दिखते हैं मतलब जिमें बड़िया बड़िया बढ़िया घेंट गाने गड्डियां बढ़िया वधिया बट द थिंग इज़ कि जो इन्हों का लाइफ स्टाइल उत्थे है ना मतलब गाणियां तो उदा उदा ही परसनली बिल्कुल नहीं है ही इज़ अ वेरी हार्ड वर्किंग गाय सानू मतलब डायरैक्ट बहुत सोहना किया मैनू ऑनेस्टली स्पीकिंग इन्ना कोई एक्सपीरियंस नहीं सीगा पंजाबी इंडस्ट्री का बट बहुत नज़ारा आया कोई चीज़ा ऐसा भी हुई मैं तुम्हें कैरेक्टर बारे तो कुछ नहीं दस सकता बट ही वॉज़ वेरी केयरिंग मैनू इन्ना पता कि मेरे कैरेक्टर के थ्रू इन्ह के कैरेक्टर की एक आर्क आपां नूं देखण नूं मिलेगी जो कि पहला नहीं दिखती फस्ट फिल्म दे विच बट मेरे कैरेक्टर के थ्रू वो मिलेगी आई होप आई एम नॉट अलाउड टू टैल एनीथिंग अबाउट माई कैरेक्टर बट बहुत मज़ा आया मैं मेरा पहला प्रोजेक्ट है तबाह एंड मेरे दिल के बहुत करीब है धीरज वीरे तो बहुत कुछ सीख्या कवि वीरे तो बहुत कुछ सीख्या साडे सीनियर्स ने थिएटर करते रहे पहला मैं भी थिएटर करते रहा तो द थिंग इज़ कि मेरा जो पहला एक्सपीरियंस इन्होंने बनाता आई एम वेरी थैंकफुल टू दैम थैंक यू थोड़ा वीरे थैंक यू फॉर बीइंग पार्ट ऑफ तबाह थैंक यू मैं वही सोच रहा है ना तू सवाल उन्होंने पूछ लैन दे एंकरिंग भी तू ही करनी सवाल भी तू ही पूछने भाजी ना असल च साडा एक्टर ही है पर इहदा दा लग नहीं रहा सो हुण असीं तुहानूं पता फिर बंदा हर चीज ट्राई करदा तू 10 मिनट आपदा पॉडकास्ट कल्ला करके मिमिक्री करके दिखा दे सारी आई जे कोई होर क्वेश्चंस तां नहीं हैगे जी जे कोई क्वेश्चन किसी दा हैगा हाँ जी सर ओके जी नहीं वह तो मैं जिमें पहला गल की कि जो सा शूट चलता हों मैं सवेरे 16 पैकेट मैगी के बना लेंदा हों परसनली सारे जाके दिता क्योंकि मेरा टाइम नहीं निकलता हों सो बहुत इंजॉय किया उस टाइम के उत्ते थैंक यू सर हाँ जी सर परमेश हैलो हैलो जी एक फिल्म बड़ा खूबसूरत सीन है प्रैशर कुकर सीटन का हाँ जी जी हाँ जी जो डस्टबिन च पाउंदे हाँ जी क्योंकि मोस्टली सारे असीं भी यूनिवर्सिटी च पढ़े हैं हाँ जी दारू सब ने पीती है जी ते ऐदा दे कलेस विच भी जिंदगी निकली है हाँ जी पर प्रेशर कुकर नहीं सेटा कहदे हाँ जी आइडिया की दा दी तुहाडे जी पाजी मैनू ना जिहड़ी गल बहुत वधिया लगी एक पर्टिकुलर करैक्टर दी कि ओह ए है कि ओह ना करैक्टर अपने जिवें इस वेले पॉइंट दे तोड़ बारे सोच रहा प्रेजेंट बारे तां ओहनू पता है ओहनू शाम दा टाइम ओहदा दोस्त घरे आऊगा ते वापसी तो उन्हें बोतल लैके आया होगा तो जो अभी फिल्म देखोगे वो सीन बहुत डिटेल्ड सीन है मैं तो नहीं स्वाद खराब करता पर उन्हें दाल बनाई है तो इन्हें पता है कि अंदर नू दाल वधिया लगती है तो शुरू में कहता दा दाल बनाई आ तेरी फेवरेट सुन इन आया कि मैं इनू खुश करता हूँ मैनू खुश करूँगा तो वह कहता लिया फिर मेरा समान वह कहता लैके नहीं आया हूँ वो फ्रस्ट्रेशन इन्नी वध गई कि मैं तो यार 3 घंटे ला के दाल बनाई है वह भी सिम ते यह मेरी दारू भी नहीं लैके आया उन्हें सने कुकर दाल सिटती डस्टबिन च वो कहिंदा थले गड्डी च पई है उत्ते नहीं लैके आया वो नाल दी नाल वापस उस जोन च चला गया नाल दी नाल फिर कढ़ ली उन्हें कहिंदा करे कहिंदा अज ही साफ किया सी मैं सो उहदी डेस्परेशन है इहदे विच भी ये डार्क ह्यूमर है भाजी मतलब इहदे विच ये जोक नहीं है ये है तो त्रासदी उस इंसान की पर उहदी सिचुएशन फनी है सो असी कोशिश की है फिल्म का जिन्ना बैकग्राउंड स्कोर है उस जे कोई फनी गल है जरूरी नहीं वो पिछे टॉइंग करके तुम हसाने की कोशिश नहीं की जाऊगी तो बड़ी सेंसिबल जे तरीके बनाई है वो कि लाइफ के कई बार मान लो एक्सीडेंट भी होया हों आप हस्पताल भी खड़े होंने उत्थे भी बंदा कई बार कोई यहोजी गल बोल दिंदा जिते तुसी सैड हैगे हो पर हासा निकल जाता है सो ये जिंदगी दी जिदा डार्कनैस दे विचों निकली कॉमेडी है सो बड़ी एक्सपेरिमेंटल फिल्म मेकिंग है बट आई वॉज सो डेस्परेट टू डू अ फिल्म जिदे विच ना
ਕਰਨ ਨੂੰ ਚੀਜ਼ਾਂ ਹੋਣ, ਲੇਅਰਿੰਗ ਹੋਵੇ, ਉਹ ਕਰੈਕਟਰ ਸਿਰਫ ਉਹੀ ਕਰੈਕਟਰ ਨਾ ਹੋਵੇ ਸਾਰੀ ਫਿਲਮ ਦੇ ਵਿੱਚ। ਕਈ ਵਾਰੀ ਆਪਾਂ ਇੰਟਰੋਡਿਊਸ ਕਰਦੇ ਹਾਂ ਜਿਹੜੇ ਕਰੈਕਟਰ ਨੂੰ, ਕਲਾਈਮੈਕਸ ਤੱਕ ਓਨਾ ਹੀ ਹੀਰੋਇਜ਼ਮ ਦੇ ਨਾਲ ਚੱਲਦਾ ਰਹਿੰਦਾ, ਉਹਦੇ 'ਚ ਨਾ ਉੱਤੇ ਹੋ ਰਿਹਾ ਨਾ ਨੀਚੇ ਹੋ ਰਿਹਾ, ਦੇਰ ਇਜ਼ ਨੋਟ ਮੱਚ ਵੇਰੀਏਸ਼ਨ। ਤਬਾਹ ਦੇ ਵਿੱਚ ਮੈਨੂੰ ਲੱਗ ਰਿਹਾ ਕਿ 360 ਤੁਹਾਨੂੰ ਦੇਖਣ ਨੂੰ ਜ਼ਰੂਰ ਮਿਲੂ ਕਿ ਉਹ ਕਰੈਕਟਰ ਸ਼ੁਰੂ ਕਿੱਥੋਂ ਹੋਇਆ ਅਤੇ ਮੁੱਕਿਆ ਕਿੱਥੇ। ਕਿਆ ਬਾਤ ਹੈ, ਐਨੀ ਅਦਰ ਕੁਐਸਚਨ, ਕਿਸੇ ਦਾ ਕੋਈ ਸਵਾਲ? ਹਾਂਜੀ ਮੁਹੱਬਤ ਇੱਕ ਹੀ ਹੁੰਦੀ ਹੈ, ਮੁਹੱਬਤ ਇੱਕ ਹੀ ਹੁੰਦੀ ਹੈ, ਦੁਬਾਰਾ ਨੀ ਹੁੰਦੀ। ਭਾਜੀ ਉਹ ਪੂਰੀ ਹੋ ਜਾਂਦੀ ਹੈ, ਅਧੂਰੀ ਕਦੀ ਕੋਈ ਹੋਈ ਚੀਜ਼ ਪੂਰੀ ਹੋ ਜਾਂਦੀ ਹੈ। ਇਹ ਤਾਂ ਗੱਲਾਂ ਬਣਾ ਲਈਆਂ ਭਾਜੀ, ਅਸੀਂ ਇਹ ਗੱਲਾਂ ਬਣਾ ਲਈਆਂ ਆਪਣੇ ਆਪ ਨੂੰ ਸੈਟੀਸਫਾਈ ਕਰਨ ਲਈ ਕਿ ਇਹ ਅਧੂਰੀ ਹੈ, ਇਹ ਇੱਕ ਪੱਖ ਹੈ, ਇਹ ਇੱਦਾਂ। ਮੁਹੱਬਤ ਜਦੋਂ ਹੁੰਦੀ ਹੈ ਉਹ ਵਿਦਨ ਸੈਕਿੰਡ ਹੁੰਦੀ ਹੈ ਅਤੇ ਉਹ ਪੂਰੀ ਹੁੰਦੀ ਹੈ, ਅਧੂਰੀ ਨਹੀਂ ਹੁੰਦੀ। ਜਿਹੜੇ ਲੋਕ ਇਹ ਕਹਿੰਦੇ ਆ ਨਾ ਕਿ ਮੈਂ 1 ਸਾਲ ਤੋਂ ਇਹਨੂੰ ਜਾਣਦਾ ਫਿਰ ਮੈਨੂੰ ਪਿਆਰ ਹੋਇਆ, ਝੂਠ ਬੋਲਦੇ ਆ। ਵਿਦਨ ਸੈਕਿੰਡ ਹੁੰਦੀ ਹੈ, ਔਰ ਪਤਾ ਨਹੀਂ ਕਾਹਦੇ ਨਾਲ ਹੋ ਜੇ, ਗੱਲ ਨਾਲ ਹੀ ਹੋ ਜੇ ਭਾਵੇਂ। ਕਦੀ ਸ਼ਕਲ ਨਾਲ ਮੁਹੱਬਤ ਨਹੀਂ ਹੁੰਦੀ, ਗੱਲਾਂ ਨਾਲ ਹੁੰਦੀ, ਗੱਲ ਨਾਲ ਹੋ ਜਾਂਦੀ ਹੈ ਵੀ ਕਿਆ ਬਾਤ ਹੈ ਯਾਰ, ਕਿਆ ਗੱਲ ਕਹੀ ਇਹਨੇ ਜਦੋਂ। ਔਰ ਇਹ ਜਿੱਦਾਂ ਅੰਬਰ ਹੈ, ਅੰਬਰ ਨੇ ਇੱਕ ਤਰੀਕਾ ਲੱਭਿਆ ਵੀ ਮੈਂ ਕਿਵੇਂ ਆਪਣੇ ਇਸ ਦੁੱਖ ਨੂੰ ਉਹ ਕਰਾਂ, ਦੂਜੇ ਪਾਸੇ ਕੁੜੀ ਨੇ ਵੀ ਇੱਕ ਲੱਭਿਆ, ਪਰ ਉਹਦਾ ਤਰੀਕਾ ਹੋਰ ਹੈ, ਇਹਦਾ ਹੋਰ ਹੈ। ਉਹ ਇੱਕ ਜਗ੍ਹਾ ਕਹਿੰਦੀ ਹੈ ਇਹ ਗੱਲ, ਪਤਾ ਨਹੀਂ ਦਸਵੀਂ 'ਚ ਨਾ, ਹਾਂ ਉਹ ਮਤਲਬ ਉਹਦਾ ਵੀ ਇੱਕ ਤਰੀਕਾ ਜਿਹੜਾ ਪਹਿਲਾਂ ਬਹੁਤ ਦੱਸਦੀਆਂ, ਉਹਦਾ ਵੀ ਇੱਕ ਤਰੀਕਾ ਜਿਹੜਾ ਨਵਾਂ ਹੈ। ਇੱਕ ਅੰਬਰ ਦਾ ਤਰੀਕਾ, ਇੱਕ ਉਹਦਾ ਵੀ ਤਰੀਕਾ ਜਦੋਂ ਉਹਨੂੰ ਪਤਾ ਲੱਗਿਆ। ਸੋ ਜਿਹੜੀ ਮੁਹੱਬਤ ਹੈ, ਕੋਈ ਵੀ ਚੀਜ਼ ਹੈ ਜ਼ਿੰਦਗੀ 'ਚ, ਜਿਹੜਾ ਸਹੀ ਇਨਸਾਨ ਹੈ ਉਹਨੂੰ ਪੂਰੀ ਹੀ ਹੁੰਦੀ ਹੈ, ਕੰਪਲੀਟ ਹੀ ਹੁੰਦੀ ਹੈ। ਅਤੇ ਸੀ ਕਦੀ ਨਹੀਂ ਹੁੰਦੀ ਮੁਹੱਬਤ, ਉਹ ਹੈ ਹੀ ਰਹਿੰਦੀ ਹੈ ਕਿ ਮੈਨੂੰ ਸੀ ਕਦੀ, ਮੈਨੂੰ ਉਹਦੇ ਨਾਲ ਪਿਆਰ ਸੀ। ਸੀ ਨਹੀਂ ਹੁੰਦੀ ਮੁਹੱਬਤ ਕਦੀ, ਹੈ। ਥੈਂਕ ਯੂ। ਮੈਂ ਨਹੀਂ ਮੰਨਦਾ ਦੂਜੀ ਵਾਰੀ ਹੁੰਦੀ ਆ, ਬਾਕੀ ਇਹ ਮੇਰਾ ਪੱਖ ਹੈ। ਅਧੂਰੀ ਸਹੀ ਹੈ। ਕਿਆ ਬਾਤ ਹੈ ਜੀ। ਸੋ ਨਵੀਂ ਬਾਈ, ਤੁਹਾਨੂੰ ਕੁਐਸਚਨ ਆ, ਜੋ ਮੂਵੀ ਦਾ ਗਾਣਾ ਹੌਲੇ ਹੌਲੇ, ਸੋ ਉਹ ਗਾਣਾ ਤੁਸੀਂ ਲਿਖਿਆ, ਮਤਲਬ ਪਹਿਲੀ ਵਾਰ 'ਚ ਵੀਰੇ ਉਹਨਾਂ ਨੂੰ ਪਸੰਦ ਆ ਗਿਆ ਸੀ, ਜਾਂ ਮਤਲਬ ਉਹਨਾਂ ਨਾਲ ਪਹਿਲਾਂ ਦੱਸਿਆ ਵੀ ਤੁਹਾਨੂੰ ਫਿਲਮ ਦਾ ਸਿਚੁਏਸ਼ਨ ਦੱਸੀ ਵੀ ਇਹ ਸਿਚੁਏਸ਼ਨ ਹੈ, ਇੱਦਾਂ ਦਾ ਗਾਣਾ? ਸਾਰਿਆਂ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ। ਅਤੇ ਫਿਲਮ ਐਕਚੁਲੀ ਬਣ ਚੁੱਕੀ ਸੀਗੀ, ਤਾਂ ਮੇਰੇ ਕੋਲ, ਮੈਂ ਗੋਲਡ ਨੇ ਮੈਨੂੰ ਇੱਦਾਂ ਸਿਚੁਏਸ਼ਨ ਦੱਸੀ, ਫਿਰ ਜੇ ਗੋਲਡ ਨੇ ਵੈਸੇ ਮਿਊਜ਼ਿਕ ਟਾਈਮ ਤੇ ਦਿੱਤਾ ਹੁੰਦਾ ਆਪਣੀ ਫਿਲਮ 6 ਮਹੀਨੇ ਪਹਿਲਾਂ ਰਿਲੀਜ਼ ਹੋ ਜਾਣੀ ਸੀ, ਹੈ ਨਾ। ਮੈਂ ਤਾਂ ਐਕਚੁਲੀ ਫਿਲਮ ਦੇਖ ਕੇ ਫਿਰ ਗਾਣਾ ਲਿਖਿਆ ਉਹਦੇ 'ਤੇ, ਉਹਦੇ 'ਚ ਉਹ ਮਿੱਟੀ ਵਾਲੀ। ਬਸ ਬਸ ਬਸ, ਹਾਂਜੀ, ਥੈਂਕ ਯੂ ਸੋ ਮੱਚ ਭਾਜੀ, ਬਹੁਤ ਨਹੀਂ ਮੈਂ ਕਿਹਾ ਉਹਨਾਂ ਨੇ ਮਿੱਟੀ ਤੋਂ ਸ਼ੁਰੂ ਕੀਤੀ ਹੈ ਨਾ ਗੱਲ, ਕਿਤੇ ਕਿ ਕਲਾਈਮੈਕਸ ਤੇ ਨਾ ਲੈ ਜਾਣਾ। ਨਹੀਂ 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 ਨਹੀਂ, ਮੈਂ ਸਿਰਫ ਜਿੰਨਾ ਕੁ ਗਾਣਾ ਸੀ ਜੀ, ਨਹੀਂ ਨਹੀਂ ਮੈਂ ਮਜ਼ਾਕ ਕਰ ਰਿਹਾ ਵੀਰੇ। ਗਾਣਾ ਦਿਖਾਤਾ ਸੀ, ਗਾਇਤ ਗਾਣਾ ਦਿਖਾਤਾ ਸੀ ਮੈਂ, ਮੈਂ ਕਿਹਾ ਆਹ ਦੇਖੋ ਇੱਥੇ ਤੁਸੀਂ ਗਾਣਾ ਲਿਖਣਾ ਆ, ਤੇ ਆਹ ਮੇਨ ਮੇਨ ਗੱਲਾਂ ਨੇ ਜੋ ਵੀਰੇ ਨੇ ਮੈਨੂੰ, ਪਰਮੇਸ਼ ਵੀਰੇ ਨੇ ਕਹੀਆਂ ਨੇ, ਤੇ ਇਹਨਾਂ ਨੇ ਫਿਰ 10 ਮਿੰਟ 'ਚ ਗਾਣਾ ਦੇ ਦਿੱਤਾ। ਕਿਆ ਪੈਸੇ ਆਪਾਂ ਘੰਟੇ ਵਾਲੇ ਹੀ ਦੇਤੇ, ਮੈਨੂੰ ਤਾਂ ਤਬਾਹ ਤੱਕ ਰੱਖੀ। ਹਾਂਜੀ, ਥੈਂਕ ਯੂ। ਰੋਲੇ ਨਾ, ਸ਼ੋਰਟ ਫਾਰਮ ਕੰਟੈਂਟ ਨੀ ਕੱਢਣਾ ਇੱਥੇ, ਸੋ ਥੈਂਕ ਯੂ। ਓਕੇ, ਸੋ ਵੀਰੇ ਲਾਸਟ ਦੇ ਵਿੱਚ ਤੁਸੀਂ ਕੁਝ ਕਹਿਣਾ ਚਾਹੋਗੇ ਪਰਮੇਸ਼ਰ? ਮੈਂ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ, ਥੈਂਕ ਯੂ ਸੋ ਮੱਚ, ਤੁਸੀਂ ਆਪਣੇ ਬਿਜ਼ੀ ਸਮੇਂ 'ਚੋਂ ਕੱਢ ਕੇ ਸਾਡੇ ਲਈ ਇੱਥੇ ਆਏ, ਥੈਂਕ ਯੂ ਸੋ ਮੱਚ। ਅਤੇ ਜੇ ਕੋਈ ਕੁਐਸਚਨ ਹੈਗਾ ਤਾਂ ਤੁਸੀਂ ਪਲੀਜ਼ ਪੁੱਛ ਸਕਦੇ ਹੋ। ਬਾਕੀ 18 ਅਕਤੂਬਰ ਨੂੰ ਸਾਡੀ ਫਿਲਮ ਆ ਰਹੀ ਹੈ ਤਬਾਹ,
ਤੁਸੀਂ ਪਲੀਜ਼ ਸਮਾਂ ਕੱਢ ਕੇ ਆਪਣੇ ਦੋਸਤਾਂ ਨਾਲ ਜ਼ਰੂਰ ਵੇਖਿਓ। ਹੋ ਸਕਦਾ ਤੁਹਾਡੀ ਜ਼ਿੰਦਗੀ ਵਿੱਚ ਵੀ ਕੋਈ ਅੰਬਰ ਹੋਵੇ ਜਿਹਨੂੰ ਤੁਹਾਡੀ ਲੋੜ ਹੋਵੇ, ਅਤੇ ਜੇ ਕੋਈ ਹੈ ਤਾਂ ਉਹਨੂੰ ਫਿਰ ਕੁੱਟ ਕੇ ਜੱਫੀ ਪਾਉਣ ਨੂੰ ਸੰਗ ਨਾ ਕਰਿਓ। ਥੈਂਕ ਯੂ ਸੋ ਮੱਚ, ਥੈਂਕ ਯੂ ਜੀ, ਥੈਂਕ ਯੂ ਸੋ ਮੱਚ, ਐਂਡ ਥੈਂਕ ਯੂ ਸਾਰੇ ਮੀਡੀਆ ਦਾ ਐਂਡ ਸਾਰੀ ਟੀਮ ਦਾ, ਬਹੁਤ ਬਹੁਤ ਥੈਂਕ ਯੂ।